अज आप बिनी आस्पत की जड़ी हैगी शुरू करनी हैगी सुखने साहब के जस्ट ए क्विक रिव्यू आप सतारवीं आस्पत आल सच जुगाल सच हैपी सच नानक सिपी सच जरा सलूक आया से मतलब अपहुंच अनअप्रोचेबल वाहेगुरु है सतगुरु ने की कहा सतगुरु ने कहा नाम धन जिहड़ा हैगा ओ कठा करो फिर आप 19वीं अस्पदी दे विच गुरु ने तरीका दसिया की करना तो उन्होंने पहुंचना कि है तो साफ किया सास ना चाले बिन भजन भजन तो बगैर थोड़े नाल होर कुछ नहीं जाना है जे तुसी इकट्ठा करना है भजन कर करके सिमरन कर करके वट यू हैव टू डू इज कलैक्ट द वैल्थ ऑफ नाम बाकी जी दुनियावी वैल्थ हैगी इट्स ऑल एशेस इट्स वर्थलैस It's not going to go with you. It's not going to help you. ਗਾਹਾਂ ਤਾਂ ਕੀ ਕਰਨਾ ਹੈਗਾ ਹੈਲਪ ਇੱਥੇ ਵੀ ਜਿਹੜਾ ਹੁੰਦਾ ਕਈ ਵਾਰੀ ਪੁਆੜਾ ਬਣ ਕੇ ਪੈ ਜਾਂਦੀ ਹੈਗੀ ਆ ਵੈਲਥ ਬਜਾਏ ਸਾਨੂੰ ਹੈਲਪ ਕਰਦੇ ਐਟ ਦ ਐਂਡ ਯੂ ਨੋ ਸੋ ਅੱਜ ਹੁਣ ਜਿਹੜੀ ਆਸਪਦੀ ਹੈਗੀ ਆ ਹੁਣ ਇਹਦੇ ਵਿੱਚ ਅਸੀਂ ਕਵਰ ਕਰਨਾ ਹੈਗਾ ਫਿਫਥ ਪ੍ਰਭ ਆਇਆ ਭਰਿਆ ਕੌਸਲ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ I have mentioned it many times before. But thonu sikhi de jehde hage basic siddhant jehde hage a fundamental principle jehde hage a oh kede hage a ek ta vaheguru chahida ek sanu chahida jan bhagat gurmukh jene vi bhakti karni ek sanu guru di lod a kyunki sadi odda pahunch nahi guru to bagair pahunch nahi ho sakdi तो फिर जी गुरु की संगत हैगी जिन्हों असी साह संगत भी कहने है सानू संगत की लोड़ हैगी सानू वो तो उत्साह मिलता है चौथा वो हो गया तो पंजवीं चीज़ जी इंपोर्टेंट हैगी एक्सट्रीमली इंपोर्टेंट वो की है सप्लीकेशन प्रेयर साड़ी अरदास क्योंकि दाता देन वाला इज ओनली गाड गुरु जदों कहिंदा वे आ चीज वंड दे गुरु वंड दिंदा पर दात जिहड़ी असली ग्रांटेड बाय गॉड हिमसेल्फ और कितों उहने तुहानूं दात मिलदी हैगी हुण इहदे विच बड़ा इंटरस्टिंग पॉइंट हैगा जस्ट लुक एट दैट श्लोक फिफ्थ प्रभ आया भरिया तौ सरनाए नानक की प्रभ बेनती अपनी भगती लाए ਇਹਦਾ ਹੁਣ ਕੀ ਮਤਲਬ ਹੋਇਆ ਵੀ ਇਹ ਸਿੱਖਿਆ ਤਾਂ ਸਾਨੂੰ ਦੇ ਰਹੇ ਹੈ ਗੁਰੂ ਸਾਹਿਬ ਤੇ ਤੁਸੀਂ ਕੀ ਕਰਨਾ ਬੇਨਤੀ ਕਰ ਰਹੇ ਹੈਗੇ ਆ ਗੁਰੂ ਨਾਨਕ ਦੇਵ ਜੀ ਤੇ ਮੈਨੂੰ ਆਪਣੀ ਭਗਤੀ ਨਾਲ ਜੋੜ ਇਹ ਹੈਗੀ ਆ ਨਿਮਰਤਾ ਗੁਰੂ ਜੀ ਸਾਡੇ ਦੀ ਇਹ ਹੈਗੀ ਆ ਸਾਨੂੰ ਸਿੱਖਿਆ ਵੀ ਜਿਹੜੀ ਭਗਤੀ ਹੈਗੀ ਆ ਇਹ ਬੇਨਤੀ ਕਰਕੇ ਸਿਰਫ ਵਾਹਿਗੁਰੂ ਕੈਨ ਡੂ ਦੈਟ ਤੁਹਾਨੂੰ ਇਧਰਲੇ ਪਾਸੇ ਲਾ ਸਕਦਾ ਹੈਗਾ ਹੋਰ ਕੋਈ ਨਹੀਂ ਲਾ ਸਕਦਾ ਤਾਂ ਉਹਦੇ ਅੱਗੇ ਤੁਸੀਂ ਅਰਦਾਸਾਂ ਕਰਦੇ ਰਹੋ ਤਾਂ ਆਪਣੀ ਐਫਰਟ ਵੀ ਪੁੱਟ ਕਰੀ ਜਾਓ ਪਰ ਅਰਦਾਸ ਜਿਹੜੀ ਹੈਗੀ ਆ ਤੁਸੀਂ ਵਾਹਿਗੁਰੂ ਦੇ ਅੱਗੇ ਕਰੀ ਜਾਣੀ ਹੈਗੀ ਆ ਇਟ ਡਜ਼ ਟੂ ਥਿੰਗਸ ਫਾਰ ਯੂ ਪਹਿਲੀ ਗੱਲ ਇਹਦੇ ਵਿੱਚ ਬਹੁਤ ਇੰਪੋਰਟੈਂਟ ਜਿਹੜੀ ਉਹ ਇਹ ਹੈਗੀ ਆ ਜੇ ਬੇਨਤੀ ਤੋਂ ਬਗੈਰ ਕੋਈ ਦਾਤ ਮਿਲਦੀ ਹੋਵੇ
ਇਹਦਾ ਮਤਲਬ ਉਹ ਤਾਂ ਤੁਸੀਂ ਆਪਣੀ ਐਫਰਟ ਨਾ ਕਰ ਲਈ। ਜਿਹੜੀ ਤੁਸੀਂ ਆਪਣੀ ਐਫਰਟ ਨਾ ਕਰ ਲਈ ਉਹ ਦਾਤ ਨਹੀਂ ਹੋ ਸਕਦੀ, ਦੱਸ ਨਾ ਦੇ ਦਾਤ। ਓਕੇ, ਆਪਾਂ ਆਸਾ ਦੀ ਵਾਰ 'ਚ ਵੀ ਕਹਿੰਦੇ ਹਾਂ ਇੱਕ ਨਹੀਂ ਦਾਤ ਆਪਸ 'ਤੇ ਜੋ ਪਾ ਲਿਆ, ਅਤੇ ਜਿਹੜੀ ਤੁਸੀਂ ਆਪਣੇ ਆਪ ਤੋਂ ਪਾ ਲਏ ਉਹ ਫਿਰ ਦਾਤ ਥੋੜ੍ਹਾ ਹੁੰਦੀ, ਉਹ ਤਾਂ ਤੁਹਾਡੀ ਐਫਰਟ ਨਾ ਹੋ ਗਈ ਹੈਗੀ। ਤਾਂ ਉਹਦੇ ਨਾਲ ਕੀ ਹੋਣਾ ਹੈਗਾ, ਤੁਹਾਡੇ ਵਿੱਚ ਹਉਮੈ ਆ ਜਾਣੀ, ਆਈ ਕੈਨ ਡੂ ਇਟ, ਆਈ ਕੈਨ ਅਕੰਪਲਿਸ਼ ਦਿਸ ਵਨ ਵਿਦ ਮਾਈ ਓਨ ਐਫਰਟਸ, ਹਉਮੈ ਆ ਜਾਣੀ ਹੈਗੀ ਆ। ਹੁਣ ਤੁਸੀਂ ਇਹਨੂੰ ਨੋਟ ਕਰਕੇ ਦੇਖੋ, ਵੀ ਨਾਨਕ ਦੇਵ ਜੀ ਜਦ ਕਹਿੰਦੇ ਸਾਨੂੰ ਵੀ ਸਮਝਾਉਣਾ ਹੈਗਾ ਨਾ, ਸਾਨੂੰ ਵੀ ਸਮਝਾਉਣ ਲਈ ਉਹ ਇਸ ਹਿਸਾਬ ਨਾਲ ਕਹਿੰਦੇ ਮੈਂ ਬੇਨਤੀ ਕਰ ਰਿਹਾ। ਹੀ ਸੋ ਹੰਬਲ ਈਵਨ ਟਾਕਿੰਗ ਟੂ ਹਿਸ ਜਨੋਇਕਲੀ ਸਟੂਡੈਂਟਸ ਸਿੱਖਸ, ਹੀ ਸੇਇੰਗ ਦੈਟ ਮੈਂ ਬੇਨਤੀ ਕਰਦਾ, ਸਾਨੂੰ ਉਹ ਜਾਂਚ ਦੱਸ ਰਹੇ ਹੈਗੇ ਆ ਵੀ ਜਦ ਤੁਸੀਂ ਰੱਬ ਤੋਂ ਕੁਛ ਮੰਗਣਾ ਹੈਗਾ ਕਿਸ ਤਰ੍ਹਾਂ ਨਿਮਰਤਾ ਦੇ ਨਾਲ ਮੰਗਣਾ ਹੈਗਾ, ਆਹ ਮੈਂ ਤੁਹਾਨੂੰ ਦਿਖਾਤਾ ਹੈਗਾ ਮੈਂ ਭਗਤੀ ਕਿੱਦਾਂ ਮੰਗ ਰਿਹਾ ਹੈਗਾ। ਸੋ ਦੈਟਸ ਵਟ ਹੀ ਇਜ਼ ਟੀਚਿੰਗ ਅਸ ਹੇਅਰ। ਤੁਸੀਂ ਹੁਣ ਦੇਖ ਲਓ ਵੀ ਸੂਹੀ ਮਹੱਲਾ ਪੰਜਵਾਂ ਆ ਜਾਂਦਾ ਹੈਗਾ ਉਹਦੇ ਵਿੱਚ, ਸੂਹੀ ਮਹੱਲਾ ਪਹਿਲਾ ਹੈ, ਉਹ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈਗੀ ਆ 728 ਅੰਗ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹਦੇ ਵਿੱਚ ਵੀ ਹੈ ਭਗਤਹੀਣ ਨਾਨਕ ਜਗ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਕਹਿ ਰਹੇ ਹੈਗੇ ਆ ਆਮ ਡਿਵਾਈਡ ਆਫ ਭਗਤੀ, ਮੇਰੇ ਵਿੱਚ ਇੱਕ ਅੰਸ਼ ਵੀ ਭਗਤੀ ਦਾ ਹੈ ਨਹੀਂ। ਭਗਤਹੀਣ ਦਾ ਮਤਲਬ ਬਿਲਕੁਲ ਹੀ ਭਗਤੀ ਤੋਂ ਹੀਣ ਜਿਹੜਾ ਹੋਵੇ, ਨਿਮਰਤਾ। ਤਾਂ ਮੇਰੇ ਵਰਗਾ ਜੇ ਥੋੜ੍ਹਾ ਜਿਹਾ ਵੀ ਨਾਮ ਜਪ ਲਿਆ ਤਾਂ ਉਹ ਕਹਿਣ ਲੱਗ ਪੈਂਦਾ ਜੀ ਅਸੀਂ ਤਾਂ ਹੁਣ ਨਾਮ ਜਪਦੇ ਹਾਂ। ਇਹ ਹੈਗੀ ਗੁਰੂ ਨਾਨਕ ਦੇਵ ਜੀ ਦਾ ਵੇ ਆਫ ਐਕਚੁਅਲੀ ਟੀਚਿੰਗ ਅਸ ਵੀ ਕਿੱਦਾਂ ਕਰਨਾ ਹੈਗਾ। ਸੋ ਇਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਵੀ ਜਦ ਤੁਸੀਂ ਬੇਨਤੀ ਕਰਨੀ ਆ ਕਿੰਨੀ ਨਿਮਰਤਾ ਦੇ ਵਿੱਚ ਆ ਕੇ ਵਾਹਿਗੁਰੂ ਦੇ ਅੱਗੇ ਤੁਸੀਂ ਬੇਨਤੀ ਕਰਨੀ ਹੈਗੀ ਆ ਵੀ ਭਗਤੀ ਦੇ ਵਿੱਚ ਤੂੰ ਹੀ ਮੈਨੂੰ ਲਾ, ਅਤੇ ਆਈ ਹੈਵ ਨੋ ਕੇਪੇਬਿਲਿਟੀ ਆਫ ਐਕਚੁਅਲੀ ਡੂ, ਤੂੰ ਮੈਨੂੰ ਜੋ। ਓਕੇ, ਅਗਲੇ ਤੇ ਹੁਣ ਜੇ ਤੁਸੀਂ ਕੁਛ ਮੰਗਣਾ ਯੂ ਡੋਂਟ ਗੋ ਐਂਡ ਐਕਚੁਅਲੀ ਡਿਮੈਂਡ ਸਮਥਿੰਗ। ਹੁਣ ਮੰਗਤੇ ਆਉਂਦੇ ਹੁੰਦੇ ਸੀ ਕਿ ਉਹਨਾਂ ਨੇ ਕਰਨਾ, ਇੱਦਾਂ ਤਾਂ ਹੋ ਨਹੀਂ ਸਕਦਾ ਵੀ ਸਾਨੂੰ ਆ ਦਿਓ, ਉਹਨਾਂ ਦੇ ਤਾਂ ਆ ਜਾਣਾ ਆਪਣੀ ਝੋਲੀ ਅੱਡਣੀ ਹੈਗੀ ਆ। ਜੋ ਵੀ ਕਿਸੇ ਨੇ ਸ਼ਰਧਾ ਨਾ ਉਹਦੇ ਵਿੱਚ ਪਾਤਾ ਉਹਨੂੰ ਅਸੀਂ ਕਹਿੰਦੇ ਵੀ ਉਹਨਾਂ ਨੂੰ ਸ਼ਰਧਾ ਪਾ ਦਿੱਤੀ। ਕਈ ਵਾਰੀ ਅਸੀਂ ਇਹ ਵੀ ਕਹਿੰਦੇ ਅਸੀਂ ਵਰਡ ਚੂਜ਼ ਕਰਦੇ ਨੇ, ਜੋ ਵੀ ਭਿੱਖਿਆ ਉਹਨਾਂ ਨੂੰ ਦਿੱਤੀ ਹੈਗੀ ਆ ਉਹਦੇ ਵਿੱਚ ਕੀ ਕਹਿੰਦੇ ਹੈਗੇ, ਉਹ ਫਿਰ ਮੰਗਤਾ ਬਣ ਕੇ ਆਉਂਦਾ ਬੰਦਾ। ਇੱਦਾਂ ਹੀ ਜਦ ਤੁਸੀਂ ਵਾਹਿਗੁਰੂ ਤੋਂ ਵੀ ਕੁਛ ਵੀ ਮੰਗਣਾ, ਵਟ ਐਵਰ ਯੂ ਵਾਂਟ ਫਰੋਮ ਵਾਹਿਗੁਰੂ, ਯੂ ਗਾਟ ਟੂ ਐਕਚੁਅਲੀ ਡੂ ਇਟ ਫਰੋਮ ਯੋਰ ਹਾਰਟ ਐਜ਼ ਅ ਬੈਗਰ। ਓਕੇ, ਜਾਚਕ ਦਾ ਮਤਲਬ ਹੁੰਦਾ ਬੈਗਰ, ਜਨ। ਅਸੀਂ ਸਾਰੇ ਕਹਿੰਦੇ ਨਾ ਵੀ ਜਨ, ਜਨ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਹਰੇਕ ਬੰਦਾ, ਲਿਟਰਲ ਮੀਨਿੰਗ ਤੁਸੀਂ ਕਰ ਸਕਦੇ ਹੈਗੇ, ਪਰ ਜਨ ਦਾ ਮਤਲਬ ਇਹ ਨਹੀਂ ਹੈਗਾ ਗੁਰਬਾਣੀ ਦੇ ਵਿੱਚ। ਜਨ ਦਾ ਮਤਲਬ ਹੈਗਾ ਦ ਵਨ ਹੂ ਪੁਟਸ ਇਨ ਐਫਰਟ ਟੂ ਡੂ ਭਗਤੀ, ਜਿਹੜਾ ਚਾਹੁੰਦਾ ਹੈਗਾ ਭਗਤੀ ਕਰਨੀ, ਜਿਹੜਾ ਗੁਰੂ ਵੱਲ ਮੂੰਹ ਕਰਕੇ ਗੁਰੂ ਤੋਂ ਸਿੱਖਣਾ ਮੰਗਦਾ ਹਾਊ ਟੂ ਡੂ ਦੈਟ। ਆਪਾਂ ਇਹਦੇ ਥਣੀ ਪੁਰਾਣੀ ਪਿਛਲੀਆਂ ਆਸਪਦੀਆਂ ਦੇ ਵਿੱਚ ਵੀ ਜਾ ਸਕਦੇ ਹੈਗੇ ਹਾਂ, ਇਹਦਾ ਉਸ ਜਨ ਦੇ ਉਸ ਸੇਵਕ ਦੇ ਕਈ ਨਾਂ ਹੈਗੇ ਆ, ਉਹਨੂੰ ਗੁਰਮੁਖ ਵੀ ਕਹਿ ਲਈਦਾ, ਉਹਨੂੰ ਭਗਤ ਵੀ ਕਹਿ ਲਈਦਾ, ਬਾਕੀ ਉਹਦੇ 'ਤੇ ਡਿਪੈਂਡ ਕਰਦਾ ਵੀ ਉਹਨੇ ਕਿੰਨੀ ਭਗਤੀ ਕਰ ਲਈ। ਉਹ ਬ੍ਰਹਮ ਗਿਆਨੀ ਵੀ ਹੋ ਜਾਂਦਾ, ਉਹ ਵੈਸ਼ਨੂ ਵੀ ਬਣ ਜਾਂਦਾ, ਉਹ ਭਗੌਤੀ ਵੀ ਬਣ ਜਾਂਦਾ ਹੈਗਾ, ਉਹ ਪੰਡਿਤ ਵੀ ਹੈਗਾ ਜਿਹੜਾ ਇੱਧਰ ਲੱਗਿਆ, ਇਹ ਉਸ ਜਨ ਦੀ ਹੋ ਰਹੀ ਹੈਗੀ ਆ। ਤਾਂ ਹੀ ਅਸੀਂ ਕਈ ਵਾਰੀ ਜਦ ਲਾਈਨਾਂ ਪੜ੍ਹ ਲੈਂਦੇ ਨਾ ਨਾਨਕ ਦਾਸ ਮੁਕਤੇ ਜੋ ਬੋਲਿਆ ਇਹਾਂ ਊਆਂ ਸਾ ਚੋਰ, ਉਹ ਗੱਲ ਕਹਿ ਰਿਹਾ ਨਾਨਕ ਦੇਵ ਜੀ ਕਹਿ ਰਿਹਾ ਕਿ ਦਾਸ ਉਹਦਾ ਜਿਹੜਾ ਉਹਦਾ ਸੇਵਕ ਆ, ਹਰੇਕ ਕੋਈ ਨਹੀਂ ਵੀ ਜੋ ਕੁਛ ਵੀ ਮੂੰਹੋਂ ਕਹਿਤਾ ਤਾਂ ਉਹ ਵੀ ਸੱਚ ਹੋ ਜਾਣਾ ਹੈਗਾ। ਸੋ ਇਸੇ ਤਰ੍ਹਾਂ ਵੈਨ ਵੀ ਟਾਕ ਅਬਾਊਟ ਜਨ, ਵੀ ਆਰ ਟਾਕਿੰਗ ਅਬਾਊਟ ਜਿਹੜਾ ਮੰਗਤਾ ਬਣ ਕੇ ਹੀ ਵਾਂਟਸ ਟੂ ਐਕਚੁਅਲੀ ਗੈਟ ਦਾ ਨਾਮ, ਉਹ ਫਿਰ ਕੀ ਕਰਦਾ ਹੈਗਾ
फिर वो मंग मंगता है वो अपनी भिख्या मंगता है दाते का मतलब कहते मंगना प्रभ हे प्रभु क्योंकि प्रभ के थले अंकड़ नहीं पबे थे तो ये बन गया हे प्रभु योर सर्वेंट इज एस्किंग फॉर ए इज बेगिंग नॉट एस्किंग बेगिंग फॉर ए गिफ्ट फ्रॉम यू पर वो दान जरा है गां क्लीयर कर दिता केड़ा है केड़ा गिफ्ट है कर कृपा देवो हर नाम Having mercy on me, give me your name, Haridana, Mangan da Tarika. And Devo jada hai ka, main tonu agge piche vi dassya si jad haahe nu aukad aave, it's an imperative mood. Kehan da matlab, imperative mood de vich hunda, onu kehnde hukmi pove, be aa cheez mainu devo. Par jehdi benti hundi aa, उदे विच भी मंगना ही होता है उदे विच हुक्म नहीं असी कर रहे वाहेगुरु भी तैनू ये देव तू मैनू दे डिमांड नहीं कर रहा वे मैनू दे ताही मोरे जरा वर्ड कर कृपा लाता उन्होंने मैं कि तुहानू कोई भुलेखा ना पै जावे हैव मर्सी ऑन मी मेरे ते तरस खा गिव मी योर नाम असी वाहेगुरु तो मंगना होर किसे तो नहीं साध जरा की मांगो तू साध साध दे थले पौकड़ है नहीं की मतलब हो गया साध दे जना गुरु दे जना ये दा मतलब ये नहीं भी कोई भी साध पाग में कपड़ वे पाके आ गया जब कुछ आ गया तो योदी कर कर रहे आ गया अपा we went through that one सातवीं आसपदी दे विच बिल्कुल क्लियर कर देता है वे साध जरा आएगा ਉਹ ਗੁਰੂ ਨੂੰ ਕਿਹਾ ਹੈਗਾ ਅਸੀਂ ਪਿੱਛੇ ਵੀ ਆ ਕੇ ਕਹਿ ਗਏ ਸੋ ਜਦ ਅਸੀਂ ਸਾਹ ਸੰਗਤ ਵੀ ਕਹਿੰਦੇ ਹੈਗੇ ਆ ਨਾ ਅਸੀਂ ਬਣਾ ਲਏ ਤਾਂ ਸਾਹ ਸੰਗਤ ਅਸੀਂ ਕਰ ਲਈ ਜੀ ਜੇ ਉਹਦੇ ਵਿੱਚ ਗੁਰੂ ਹੈ ਨਹੀਂ ਤਾਂ ਉਹ ਸਾਹ ਸੰਗਤ ਨਹੀਂ ਜਿਹੜੀ ਗੁਰੂ ਦੀ ਸੰਗਤ ਹੈਗੀ ਆ ਕੀ ਮਤਲਬ ਹੋਇਆ ਦੋਜ਼ ਹੂ ਵਾਂਟਸ ਟੂ ਓਬੇ ਦ ਇੰਸਟਰਕਸ਼ਨਸ ਆਫ ਦ ਗੁਰੂ ਜਿਨ੍ਹਾਂ ਨੇ ਮੂੰਹ ਆਪਣਾ ਗੁਰੂ ਵੱਲ ਕਰ ਲਿਆ ਵੀ ਮੈਨੂੰ ਸਿੱਖਿਆ ਦਿਓ ਮੈਂ ਉਹ ਬਣਾਉਣ ਲਈ ਤਿਆਰ ਹੈਗਾ I'm willing to accept that one. ਉਹਨਾਂ ਨੂੰ ਕਹਿੰਦੇ ਗੁਰਮੁਖ ਕਹਿੰਦੇ ਆ ਗੁਰੂ ਵੱਲ ਨੂੰ ਜਿਹਨਾਂ ਨੇ ਮੂੰਹ ਕਰ ਲਿਆ ਇਹ ਉਹਨਾਂ ਸਾਧ ਜਨਾਂ ਦੀ ਹੋ ਗਏ ਸਾਧ ਜਨਾਂ ਦੀ ਮੰਗੋ ਤੂੰ Okay, I wish to have the dust of the feet of those, you know, sevaks who are gurmukhs, ਜਿਹਨਾਂ ਨੇ ਗੁਰੂ ਵੱਲ ਮੂੰਹ ਕੀਤਾ ਪਾਰ ਬ੍ਰਹਮ ਹੁਣ ਫਿਰ ਕੌਮ ਲੱਗ ਗਿਆ ਮੰਮੇ ਦੇ ਥੱਲੇ ਔਂਕੜ ਹੈ ਹੇ ਪਾਰ ਬ੍ਰਹਮ ਹੇ ਵਾਹਿਗੁਰੂ ਮੇਰੀ ਸ਼ਰਧਾ ਗ੍ਰੈਂਟ ਮੀ ਮਾਈ ਵਿਸ਼ ਮੇਰੀ ਪੂਰੀ ਕਰ ਦੇ ਵਿਸ਼ ਜਿਹੜੀ ਹੈਗੀ ਆ ਨਾਮ ਦੀ ਤਾਂ ਮੈਨੂੰ ਸਾਧ ਦੀ ਸੰਗਤ ਦੀ ਧੂੜ ਦੇ ਹੁਣ ਜਦ ਸਾਧ ਦੀ ਸੰਗਤ ਦੀ ਅਸੀਂ ਧੂੜ ਦੀ ਗੱਲ ਕਰਦੇ ਹਾਂ ਕੀ ਮਤਲਬ ਹੋ ਗਿਆ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਅਸੀਂ ਧੂੜ ਇਕੱਠੀ ਕਰਕੇ ਲਾ ਲਈ ਤਾਂ ਉਹਨਾਂ ਕੁਛ ਹੋ ਜਾਣਾ ਮਤਲਬ ਤਾਂ ਇਹ ਹੁੰਦਾ ਹੈਗਾ ਵੀ ਮੈਨੂੰ ਹੁਣ ਉਹਨਾਂ ਦੇ ਵਿੱਚ ਰੱਖ ਜਿੱਥੇ ਵੀ ਸਾਧ ਜਨ ਹੈਗੇ ਆ ਸਾਰੇ ਜਾਣੇ ਮੈਨੂੰ ਉਹਨਾਂ ਦੇ ਵਿੱਚ ਰੱਖ ਉਹਨਾਂ ਦੇ ਚਰਨਾਂ ਦੇ ਵਿੱਚ ਮੈਨੂੰ ਰੱਖ ਕਿਉਂਕਿ ਫਿਰ ਮੈਨੂੰ ਉਹਨਾਂ ਤੋਂ ਉਤਸ਼ਾਹ ਮਿਲੇ ਜੋ ਕੁਛ ਉਹ ਕਰਦੇ ਹੈਗੇ ਆ ਜਿਨ੍ਹਾਂ ਨੇ ਤੇਰੀ ਵੱਲ ਨੂੰ ਮੂੰਹ ਕੀਤਾ ਮੈਂ ਵੀ ਉਹੀ ਕੁਛ ਕਰਦਾ ਰਹਾਂ ਤਾਂ ਧੂੜ ਇਹਦੇ ਤੋਂ ਇਹ ਬਣ ਗਿਆ ਸੀ ਜਦ ਇਕੱਠੇ ਹੋ ਕੇ ਕਿਤੇ ਵੀ ਜਾਂਦੇ ਅੱਗੇ ਜਿਹੜੇ ਕੱਚੇ ਰਾਹ ਹੁੰਦੇ ਸਾਰਾ ਕੁਛ ਧੂੜ ਪੈਂਦੀ ਹੈਗੀ ਆ ਤੁਸੀਂ ਵਿੱਚ ਜਾਂਦੇ ਤੁਹਾਡੇ ਉੱਤੇ ਸਾਹ ਜਨਾ ਦੀ ਧੂੜ ਪੈ ਰਹੀ ਹੈਗੀ ਆ ਸੋ ਇਸੇ ਕਰਕੇ ਇਸੇ ਈਡੀਅਮ ਇਹਨੇ ਵੇ ਜਦ ਅਸੀਂ ਇੱਦਾਂ ਕਹਿੰਦੇ ਹੈਗੇ ਸਾਹ ਜਨਾ ਕੀ ਮੰਗੋ ਤੂੰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਇਹਨੂੰ ਗਾਵੋ ਨਹੀਂ ਪੜ੍ਹਨਾ ਹੈਗਾ ਗਾਵੋ ਜਦ ਮਰ ਜਾਂਦਾ ਹੈਗਾ ਉਹਦਾ ਮਤਲਬ ਹੁੰਦਾ ਵੀ ਤੁਸੀਂ ਕਰੋ ਹੁਣ ਬੇਨਤੀ ਕੌਣ ਕਰ ਰਿਹਾ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਹੁਣ ਇਹਦੇ ਵਿੱਚ ਕਿਹਾ ਵੀ ਮੈਨੂੰ ਇਹਨਾਂ ਦੀ ਦੇਹ ਧੂੜ ਤਾਂ ਕਿ ਮੈਨੂੰ ਉਹਨਾਂ ਦੇ ਨਾਲ ਉਤਸ਼ਾਹ ਮਿਲਦਾ ਰਹੇ ਉਹਨਾਂ ਦੇ ਵਿੱਚ ਰਲ ਕੇ ਮੈਂ ਪ੍ਰਭੂ ਦੇ ਗੁਣ ਗਾਉਂਦਾ ਰਹਾਂ ਓਕੇ ਸੋ ਦੈਟ ਆਈ ਮੇ ਸਿੰਗ ਦ ਵਿਰਚੂਜ਼ ਔਰ ਗਲੋਰੀਜ਼ ਆਫ ਗਾਡ ਸਾਹ ਸਾਹ ਪ੍ਰਭ ਤੁਮੇ ਤੇ ਆਓ
हे प्रभु विद ईच एंड एवरी ब्रेथ आई मे जप योर नाम त्यों का मतलब मेडिटेट ऑन यू मैं जिथे भी बिंदी लग गई ओ मैं लग जाना है नाल मैं गावा मैं ये करा जे बिंदी तो बगैर हो मैं फिर उनका हो सकता इस थर्ड परसन वो करे जां तुसी करो कह सकते है पर जे बिंदी ना उन पढ़ोगे तो फिर वो नाल हो जाना भी मैं ये करा क्योंकि बेनती उन्होंने हैगी तो वह कह रहे हैं इस करके इट्स वेरी इंपॉर्टेंट टू मेक श्योर जब तुम कर रहे हो क्योंकि सुन वाले भी भुलेखा ना पै जाए भी ये की मतलब है जिथे लानी उत्थे लाओ जिथे नहीं लगनी हैगी उत्थे कदी ना लाओ क्योंकि उन्ना ही बैड हैगा जे तुसी रॉन्ग थां ते लाती सो मेक श्योर यू अंडरस्टैंड यू नो एक्चुअली वेयर टू प्लेस चरण कमल से उभार गया भी चरण कमल वी टॉक्ड अबाउट दैट वन लोटस फीट ऑफ गॉड रब जिहड़ा हैगा उहदे रोण दे विच खंड ब्रह्मंड हैगे उहदे पैर किहड़े हैगे वी जिन्हां नाल मेरी प्रीत लगनी हैगी दिस इज अ गेम ए सिंबलिज्म ऑफ मैनू तू अपने चरणा दे विच रख जब असि किसी भी कहने जब कोई सियाणा बंदा बैठा हो चरणा च ही बैठना है वह तो उच्चे होके नहीं बैठना है उसके सिर के बराबर होके नहीं बैठना है चरणा दे विच बैठना जेकर तू मंग रहे हैं सो यू हैव टू एक्चुअली डू दैट चरण कमल से ला गया प्रीत लागे का मतलब लगी रहे प्रीत मतलब मेरी जड़ी हैगी longing मेरा प्यार जिहड़ा हैगा उहदे चरणां दे विच बणिया रहे with the beauteous lotus feet of God I may develop the love for it भगत करो भगत जिथे भी तत्ते नूं सियारी होवे उहदा की मतलब हुंदा भगती जे सियारी ना होवे कल्ला ही उदा ही होवे तो उहदा मतलब एक तो ज्यादा प्लूरल भगत ज्यादा भगत जे औंकण लगा होवे तो एक भगत की गल हो रही है थोड़े दे विच कहिंदे आ कि भगत करो बे मैं भगती करा आई मे डू द डिवोशनल वर्शिप ऑफ गॉड प्रभ की नीत नित नीत जिथे आ जाता वे हर रोज हमेशा ऑलवेज सो दैट आई एम ऑलवेज doing the devotion of worship of God. एक ओड आप पहला भी चौब में तो आज कल दिन बच भी देख रहे हैं असी आसरा एक कोई तकना है का इतना नहीं भी असी था था ते मांगते फ्री है कहीं भी जाइए असी रावच भी बिलीव करते असी गुरु च भी बिलीव करते पटकते फ्री है होर ना था ते ना ही जरा सिखा उत्ते लिखा है फिरत प्रभ आया मैं पटकना सारिया कर चुका बे हुण मैं तेरी शर्म च आ गया हैगा दिस मीन इफ यू हैव ए बिलीव इन गॉड तो गॉड तो ही मंगना जो कुछ मंगना हैगा इफ यू हैव बिलीफ इन गुरु देन यू आर एक्चुअली सीकिंग हिज हेल्प हिज टीचिंग किसी होर तो नहीं करनी हैगी सो इहदे विच हुण उहदे ते इस चीज नूं गुरु नानक देव जी कह रहे हैं पंजवें जामे दे विच की कह रहे हैं एक ओट एको आधार ओट ओट हुंदा भी कोई भी ओला लैणा हुण कोई भी हैगा लेट्स से जनरली दे आर फाइटिंग द वार जनरली सम टाइम द सोल्जर दे वे गो इनटू अ डिच उहनां दा ओह आ ओट है उहनां ने ओह ओट लई हैगी आ जां किसे कंध दे पिछे लग के तां फिर ओह गोली चलाउंदे हैगे उहनां ने ओह उहनूं ओट ताही अपने इंडिया दे विच ओटा जिहड़ा कहिंदे सी ना बाकी दा नूं पार्टीशन करने उहनूं ओह ही ओट ओह आसरे दी गल हो गई एको आधार भी मैनू हमेशा जिहड़ा तेरा आसरा तेरा ही आ होर कोई भी मैनू सपोर्ट करन वाला नहीं हैगा ओके ए जिहड़ा पक्का होना इसे अनकंडीशनल थिंग इदां नहीं हो सकदा हैगा भी ये कहीं भी जाओ तो पर तुसी इहदे विच बिलीव ना करदे हो तो फिर कर ही जाओ कुछ होर ओके नानक मंगया हुण कक्के नौकर लगा हुण इहदे विच इह नहीं भी हे नानक हुण उह स्पेसिफिकली कह रहा है नानक मंग रहा है नाम प्रभ सार हुंदा जिहड़ा उत्तम होवे सारिआं नालों श्रेष्ठ होवे बेनती कर रहे सी ना आपां
ਸਲੋਕ ਦੇ ਵਿੱਚ ਉਹ ਕਹਿੰਦੇ ਵੀ ਨਾਨਕ ਤੇ ਤੋਂ ਜਿਹੜਾ ਹੈਗਾ ਨਾ ਸਬਲਾਈਮ ਨਾਮ ਇਜ਼ ਬੈਗਿੰਗ ਦੈਟ ਫਰੋਮ ਯੂ ਗੋਡ। ਮੇਰਾ ਕੋਈ ਹੋਰ ਆਸਰਾ ਨਹੀਂ, ਮੈਨੂੰ ਤੇਰਾ ਹੀ ਆਸਰਾ ਹੈਗਾ, ਮੈਂ ਤੇਰੇ ਤੋਂ ਹੀ ਲੈਣਾ ਹੈਗਾ, ਤਾਂ ਮੈਂ ਤੇਰੇ ਤੋਂ ਹੀ ਮੰਗ ਰਿਹਾ ਹੈਗਾ। ਅੱਗੇ ਚੱਲ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ। ਓਕੇ, ਪ੍ਰਭੂ ਦੀ ਔਕੜ ਉੱਡ ਗਿਆ, ਕਿਉਂਕਿ ਪ੍ਰਪੋਜੀਸ਼ਨ ਜਿਹੜੀ ਹੈਗੀ ਹੈ ਐਕਸਪਲਿਸਿਟ ਇਸ ਰਿਟਨ ਦੇ ਆ। ਓਕੇ, ਦ੍ਰਿਸ਼ਟੀ ਨਾਲ ਕੀ ਹੋ ਜਾਂਦਾ ਹੈਗਾ, ਮਹਾਂ ਸੁਖ ਹੋਏ। ਯੂ ਅਚੀਵ ਦ ਪੀਸ। ਓਕੇ, ਤੋ ਸੁਪਰੀਮ ਪੀਸ ਕਹਿ ਲਓ, ਮਹਾਂ ਵੱਡਾ ਸੁੱਖ, ਵੀ ਜਿਹਦੇ ਵਿੱਚ ਕੋਈ ਵੀ ਦੁੱਖ ਨਹੀਂ ਨਾਲ ਅਟੈਚ ਹੁੰਦਾ ਹੈਗਾ, ਉਹਦੀ ਗੱਲ ਹੋ ਰਹੀ ਹੈਗੀ ਆ। ਸਿਰਫ ਕਹਿੰਦਾ ਵਿਦ ਅ ਗਲੈਂਸ ਆਫ ਗਾਡ, ਜੇ ਤੁਹਾਡੇ ਉੱਤੇ ਨਜ਼ਰ ਕਰ ਦਿੱਤੀ ਉਹਨੇ, ਉਹਦੇ ਵਿੱਚ ਹੀ ਸਾਰੇ ਸੁੱਖ ਹੈਗੇ ਆ। ਦੈਨ ਤਾਹੀ ਉਹਨਾਂ ਨੇ ਕਿਹਾ ਨਜ਼ਰੀ ਮੁਖ ਦੁਆਰ। ਓਕੇ, ਨਜ਼ਰ ਦੇ ਨਾਲ ਜਿਹੜਾ ਹੈਗਾ ਉਦੋਂ ਤਾਂ ਤੁਹਾਡਾ ਫਿਰ ਉਧਾਰ ਹੋ ਗਿਆ, ਇਹ ਤਾਂ ਤੁਸੀਂ ਸਦਾ ਆਨੰਦ, ਯੂ ਆਰ ਇਨ ਬਲੈਸ ਆਲ ਦਾ ਟਾਈਮ। ਹਰ ਰਸ ਪਾਵੇ ਬਿਰਲਾ ਕੋਈ, ਪਰ ਇਸ ਤਰੀਕੇ ਦੇ ਨਾਲ ਨਾਮ ਲੈ ਕੇ ਓਨਲੀ ਰੇਅਰ ਪੀਪਲ ਟੇਸਟ ਦਾ ਸਬਲਾਈਮ ਐਸੈਂਸ ਆਫ ਨਾਮ, ਹਰ ਰਸ ਦ ਜੂਸ ਆਫ ਹਰੀ ਜਿਹਨੂੰ ਨਾਮ ਕਰ। ਓਕੇ, ਸੋ ਪਰ ਉਹ ਜਿਹੜੇ ਲੋਕੀ ਹੈਗੇ ਆ, ਦੋਜ਼ ਪਰਸਨ, ਓਕੇ, ਦੇ ਹੈਵ ਮੋਰ ਮੋਰ ਡਿਜ਼ਾਇਰਸ ਲੈਫਟ ਆ, ਤ੍ਰਿਪਤਾਮੇ ਉਹ ਰੱਜ ਗਏ। They are satiated, they are satisfied with that naam. ਜਿਹਨਾਂ ਨੂੰ ਨਾਮ ਮਿਲ ਗਿਆ ਉਹਨਾਂ ਨੂੰ ਹੋਰ ਕੋਈ ਮੰਗ ਹੀ ਨਹੀਂ ਰਹਿੰਦੀ ਹੈਗੀ ਕਿ ਮੈਨੂੰ ਹੋਰ ਕੀ ਚਾਹੀਦਾ ਹੈਗਾ ਕੀ ਨਹੀਂ ਚਾਹੀਦਾ ਹੈਗਾ। ਤ੍ਰਿਪਤਾਨੇ ਦਾ ਮਤਲਬ ਹੀ ਇਹ ਹੁੰਦਾ, ਐਨ ਬਿਲਕੁਲ ਰੱਜ ਜਾਣਾ, ਜਿੱਥੇ ਹੁਣ ਤੁਹਾਡਾ ਕੋਈ ਹੋਰ ਤੁਹਾਡੀ ਇੱਛਾ ਹੀ ਨਾ ਹੋਵੇ, ਇੱਕ ਬੁਰਗੀ ਵੀ ਨਾ ਖਾਣੀ ਹੋਵੇ, ਤੁਹਾਡੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਡਿਜ਼ਾਇਰ ਜਿਹੜੀ ਹੈਗੀ ਉਹ ਨਾਲ। ਤਾਂ ਉਹਨੂੰ ਕੀ ਕਹਿੰਦੇ ਹੈਗੇ, ਪੂਰਨ ਪੁਰਖ, ਉਹ ਬੰਦਾ ਜਿਹੜਾ ਪਰਫੈਕਟ ਆ, ਉਹ ਗੁਰਮੁਖ ਆ, ਉਹ ਭਗਤ ਆ, ਉਹ ਬ੍ਰਹਮ ਗਿਆਨੀ ਹੈਗਾ। ਇਹਦਾ ਮਤਲਬ ਇਹ ਨਹੀਂ, ਮੈਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਵੀ ਇਹ ਨਹੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਟੋਲਣਾ ਵੀ ਉਹ ਕੌਣ, ਤੁਸੀਂ ਬਣਨਾ ਉਹ ਪੁਰਖ, ਤੁਸੀਂ ਬਣਨਾ, ਮੈਂ ਬਣਨਾ, ਸਾਰਿਆਂ ਨੇ ਆਪਾਂ ਇਹ ਕਰਨਾ ਹੈਗਾ। ਸਾਨੂੰ ਗੁਰੂ ਸਾਹਿਬ ਜਿਹੜੇ ਹੈਗੇ ਆ ਸਿੱਖਿਆ ਦੇ ਰਹੇ ਆ ਵੀ ਹਾਊ ਯੂ ਐਕਚੁਅਲੀ ਬਿਕਮ ਦੈਟ, ਨਹੀਂ ਡੋਲਾਂਗੇ। ਹੁਣ ਕੀ ਹੁੰਦਾ ਹੈਗਾ ਵੀ ਉਹਨਾਂ ਦਾ ਜਿਹੜਾ ਮਨ ਹੁੰਦਾ ਹੈਗਾ ਨਾ, ਕਦੀ ਵੀ ਇਟ ਨੈਵਰ ਵੇਵਰਸ ਅਗੇਨ, ਚਾਹੇ ਕਿੱਦਾਂ ਦੀ ਵੀ ਅੱਜ ਵੀ ਹੁਣ ਵੱਡੇ ਤੋਂ ਵੱਡੀ ਕੋਠੀ ਵੀ ਦੇਖ ਲਏ ਵੀ ਹੁਣ ਮੈਂ ਘਰ ਇੱਦਾਂ ਦਾ ਚਾਹੀਦਾ, ਉਹਨਾਂ ਦੇ ਮਨ 'ਚ ਇਹ ਨਹੀਂ ਆਉਣਾ। ਉਹਨਾਂ ਨੂੰ ਕਿਸੇ ਵੀ ਜਿਹੜੀ ਦੁਨਿਆਵੀ ਜਿਹੜੀ ਹੈਗੀ ਡਿਜ਼ਾਇਰ, ਉਹ ਜਿਹੜਾ ਉਹਨਾਂ ਦਾ ਮਨ ਜਿਹੜਾ ਹੈਗਾ ਫਿਰ ਉਹ ਖਾਣ ਨਹੀਂ ਸਕਦੀ ਹੈਗੀ। ਦੇ ਆਰ ਫਰਮ ਔਨ ਦੇਅਰ ਬਿਲੀਫ ਨਾ। ਓਕੇ, ਸੋ ਭਾਰ ਜਿੱਥੇ ਵੀ ਕਿਤੇ ਸੱਸੇ ਨੂੰ ਔਂਕਣ ਲੱਗ ਜਾਵੇ ਨਾਲ ਭਾਰ ਲਿਖਿਆ ਹੋਵੇ, ਕਿਤੇ ਵੀ ਸੱਸੇ ਨੂੰ ਔਂਕਣ ਲੱਗਾ ਹੋਵੇ ਨਾਲ ਕੋਈ ਵੀ ਅੱਖਰ ਹੋਵੇ, ਉਹਦਾ ਮਤਲਬ ਸੋਹਣਾ ਸੋਹਣਾ ਭਰਿਆ ਹੋਇਆ, ਕਹਿਣ ਦਾ ਮਤਲਬ ਫਿਰ ਟੂ ਦ ਬ੍ਰਹਮਸ, ਨੱਕਾ ਨੱਕੋ ਨੱਕ ਕੀਤਾ ਹੋਵੇ ਜਿਹੜਾ ਕੀਤਾ ਹੋਵੇ, ਉਹਨੂੰ ਕਹਿੰਦੇ ਸੋ ਭਾਰ। ਸੋ ਭਾਰ ਭਰੇ ਕਿਸ ਚੀਜ਼ ਦੇ ਨਾਲ ਉਹ ਨੱਕੋ ਨੱਕ ਹੋਇਆ ਹੈਗਾ, ਫਿਰ ਟੂ ਦ ਬ੍ਰਹਮ, ਪ੍ਰੇਮ ਰਸ ਰੰਗ ਵਿਦ ਦ ਡਿਲਾਈਟ ਆਫ ਦ ਲਵ ਆਫ ਗਾਡ, ਰੰਗ ਵਿੱਚ, ਪ੍ਰੇਮ ਵਿੱਚ, ਪਿਆਰ ਵਿੱਚ, ਉਹਦੇ ਰਸ ਜਿਹੜਾ ਪ੍ਰੇਮ ਦੇ ਰਸ ਦੇ ਨਾਲ ਉਹ ਇਹ ਭਰਿਆ ਪਿਆ ਹੈਗਾ, ਉੱਪਰ ਤੱਕ ਨੱਕੋ ਨੱਕ ਹੋਇਆ ਪਿਆ ਹੈ। ਕਹਿਣ ਦਾ ਮਤਲਬ ਉਹਦੇ ਵਿੱਚ ਪ੍ਰੇਮ ਹੀ ਪ੍ਰੇਮ, ਉਹ ਹਰੇਕ ਚੀਜ਼ ਦੇ ਨਾਲ ਪ੍ਰੇਮ ਕਰਦਾ ਹੈਗਾ, ਜਿਹੜੀ ਚੀਜ਼ ਦੇਖਦਾ ਹੈਗਾ, ਦ ਕ੍ਰੀਏਸ਼ਨ ਆਫ ਗਾਡ, ਐਵਰੀਥਿੰਗ ਹੀ ਸੀਜ਼ ਇਟ, ਹੀ ਸੀਜ਼ ਇਟ ਇਨ ਲਵ। ਕਿਸੇ ਵੀ ਚੀਜ਼ ਨੂੰ ਉਹ ਕਦੀ ਵੀ ਕਿਸੇ ਨੂੰ ਨਾ ਕਿਸੇ ਹੋਰ ਮਨੁੱਖ ਨੂੰ ਦੁੱਖ ਦੇ ਸਕਦਾ ਹੈਗਾ, ਨਾ ਕਿਸੇ ਹੋਰ ਚੀਜ਼ ਨੂੰ ਤੰਗ ਕਰ ਸਕਦਾ ਹੈਗਾ, ਕਿਉਂਕਿ ਇਸ ਗਾਡ
ਉਹਦੇ ਪ੍ਰੇਮ ਹੀ ਹੈਗਾ। ਜਿਹਨੇ ਪ੍ਰੇਮ ਕੀਆ ਤੇ ਨਹੀਂ ਭਰਾ ਪਾਇਆ ਉਹਨੇ ਤਾਂ ਫਿਰ ਪਾਇਆ ਹੈਗਾ, ਤਾਂ ਹੀ ਤਾਂ ਉਹਨੇ ਕਿਹਾ ਵੀ ਉੱਥੇ ਤਾਂ ਮਰ ਗਿਆ। ਉਪਜਾ ਚਾਓ, ਮੈਂ ਦੱਸਿਆ ਸੀ ਨਾ ਵੀ ਸਾਧ ਦੀ ਵੀ ਪਹਿਲਾਂ ਸਾਧ ਦੀ ਸੰਗਤ ਦੀ ਗੱਲ ਕੇ, ਹੁਣ ਫਿਰ ਇੱਥੇ ਕਲੀਅਰ ਕਰ ਦਿੱਤਾ। ਉਪਜੇ ਚਾਓ, ਇਹ ਜਿਹੜੀ ਲੌਂਗਿੰਗ ਹੈਗੀ ਆ, ਤੁਹਾਨੂੰ ਚਾਹ ਉੱਠਦਾ, ਉਮਾਹ ਉੱਠਦਾ ਹੈਗਾ ਤੁਹਾਨੂੰ ਅੰਦਰੋਂ। ਓਕੇ, ਦ ਲੌਂਗਿੰਗ ਵੈਲਦਾ ਕਿੱਦਾਂ? ਸਾਧ ਕਹਿ ਸਕਦੇ, ਸਾਧ ਦੀ ਸੰਗਤ ਦੇ ਵਿੱਚ, ਇਨ ਦਾ ਕੰਪਨੀ ਆਫ ਦ ਗੁਰੂ ਔਰ ਗੁਰਮੁਖ। ਓਕੇ, ਮੈਂ ਤੁਹਾਨੂੰ ਦੱਸਿਆ ਜਦ ਗੁਰਮੁਖ, ਅਸੀਂ ਕਹਿ ਰਹੇ ਗੁਰਮੁਖ ਵਰਡ ਗੁਰੂ ਨੂੰ ਵੀ ਜਾਂਦਾ ਲੱਗਦਾ ਹੈਗਾ, ਉਹ ਸਾਰਿਆਂ ਨੂੰ ਲੱਗਦਾ ਹੈਗਾ। ਓਕੇ, ਸਾਧ ਕੇ ਸਾਧ ਪਰੇ ਸਰਨ ਆਨ ਸਭ ਧਿਆਨ, ਪਰੇ ਸਰਨ ਆਨ, ਆਨ ਦਾ ਮਤਲਬ ਹੁੰਦਾ ਹੋਰ ਸਭ, ਹੋਰ ਆਨ ਸਭ ਆਇਆ, ਸਭ ਸਭ ਕੁਝ, ਹੋਰ ਸਾਰਾ ਕੁਛ ਛੱਡ ਕੇ ਹੀ ਕਮਸ ਟੂ ਦ ਸੈਂਕਚਰੀ ਆਫ ਗਾਡ। ਜਿਹਨੇ ਵੀ ਹੋਰ ਆਸਰੇ ਕਦੀ ਵੀ ਉਹਨੇ ਲਏ, ਓਟ ਜਾਂ ਤੱਕੀ ਸੀਗੀ ਮੈਂ ਫਲਾਨਾ ਕਰਨਾ ਆਹ ਕਰਨਾ, ਹੀ ਇਜ਼ ਅਬਵ ਇਟ ਨਾਊ। He never ever does that one jado pan aunda hega jehda pa janda hega wahe guru ji sande ta phir ohde ki andar hunda hega, he is lighted within, ohde andar jehda prakash ho janda hega, prakash kada ho janda wahe guru da man tu jot swarup hai apna mool pashan, oh jehdi jot hegi aa swarup wahe guru di jot hegi aa ohda prakash ho janda, ਪਰ ਉਹਦੇ ਵਿੱਚ ਕੁਛ ਨਹੀਂ ਹੁੰਦਾ, ਉਹਦੇ ਵਿੱਚ ਸਿਰਫ ਵਾਹਿਗੁਰੂ ਦੇ ਗੁਣ ਹੁੰਦੇ ਹੈਗੇ ਸਾਰੇ ਦਾ ਸੌਰੀਆ। ਅੰਦਨ ਲਿਵਲਾਗ, ਤਾਂ ਕਿੱਦਾਂ ਉਹ ਹੋਇਆ ਸੀਗਾ? ਅੰਦਨ ਲਿਵਲਾਗ, ਹਮੇਸ਼ਾ ਜਿਹੜੀ ਹੈਗੀ ਉਹਦੀ ਲਿਵ ਜਿਹੜੀ ਕੌਂਸ਼ੀਅਸ ਵਾਜ ਅਟੈਚਡ, ਓਕੇ, ਟੂ ਗਾਡ ਆਲ ਦ ਟਾਈਮ, ਹਮੇਸ਼ਾ ਨਾਮ ਦੇ ਵਿੱਚ ਉਹ ਜੁੜੀ ਰਹਿੰਦੀ ਸੀਗੀ, ਉਹਦੀ ਲਿਵ ਜਿਹੜੀ ਸੀਗੀ ਹਮੇਸ਼ਾ ਬੰਦੇ ਦੀ ਫਿਰ ਜੁੜੀ ਰਹਿੰਦੀ ਆ। ਤਾਂ ਉਹ ਜਿਹੜਾ ਹੈਗਾ ਉਹ ਫਿਰ ਨਾ ਤਾਂ ਕਿਸੇ ਹੋਰ ਨੂੰ ਮੂਹਰੇ ਰੱਖਦਾ ਹੈਗਾ, ਤੇ ਨਾਲ ਉਹਦੇ ਜਿਹੜੇ ਅਨਲਾਈਟਨਮੈਂਟ ਅੰਦਰ ਹੋ ਜਾਂਦੀ ਹੈਗੀ ਆ, ਟੂ ਗਿਵ ਹਿਮ ਦ ਵੇ ਆਫ ਲਾਈਫ ਵੀ ਹੁਣ ਤਾਂ ਕਿੱਦਾਂ ਰਹਿਣਾ ਹੈਗਾ ਕਿੱਦਾਂ। ਤਾਂ ਹੀ ਹੁਣ ਅਗਲੀ ਲਾਈਨ ਕਲੀਅਰ, ਬਟ ਭਾਗੀ ਜਪਿਆ, ਬਟ ਭਾਗੀਆਂ ਨੇ, ਵੱਡੇ ਭਾਗਾਂ ਵਾਲਿਆਂ ਨੇ ਜਪਿਆ, ਜਿਹਨਾਂ ਦੇ ਵੱਡੇ ਭਾਗ ਹੈਗੇ ਉਹਨਾਂ ਨੇ ਵੱਡੇ ਭਾਗ। ਪਹਿਲਾਂ ਤਾਂ ਸਾਡੇ ਉੱਦਾਂ ਹੀ ਵੱਡੇ ਭਾਗ ਹੈਗੇ ਆ ਵੀ ਸਾਨੂੰ ਮਨੁੱਖਾ ਜਨਮ ਮਿਲ ਗਿਆ, ਕਿਉਂਕਿ ਹਰੇਕ ਕਿਸੇ ਨੂੰ ਮਿਲ, ਤਾਂ ਦੇਵਤੇ ਵੀ ਹਾਲੇ ਬੈਠੇ ਰੋਜ਼ ਸੋਚਦੇ ਆ, ਇਹਨੂੰ ਤਰਸਦੇ ਆ ਵੀ ਸਾਨੂੰ ਕਿਸੇ ਤਰ੍ਹਾਂ ਮਿਲ ਜਾਵੇ। ਸੋ ਤੇ ਸਾਡੇ ਭਾਗ ਜਿਹੜੇ ਸੀਗੇ ਨਾ, ਉਹ ਚੰਗੇ ਭਾਗ ਸੀਗੇ ਤਾਂ ਨਾ, ਤਾਂ ਫਿਰ ਜਿਹੜਾ ਗੁਰੂ ਦੇ ਸਨਮੁੱਖ ਹੋ ਜਾਂਦਾ ਉਹਨਾਂ ਦੇ ਹੈਗੇ ਆ ਮੱਥੇ ਦੇ ਉੱਤੇ, ਫਿਰ ਜਿਹੜਾ ਹੈਗਾ ਲਿਖਿਆ ਹੁੰਦਾ ਹੈਗਾ ਵੀ ਗੁਰੂ ਨੂੰ ਉਹਨਾਂ ਨੇ ਮਿਲਣਾ ਹੈਗਾ, ਮਿਲ ਪੈਂਦਾ ਗੁਰੂ, ਤਾਂ ਗੁਰੂ ਜਿਹੜਾ ਹੈਗਾ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਬਾਣੀ ਜਿਹੜੀ ਹੈ ਰਿਜ਼ਾਈਡ ਕਰਦੀ ਆ। ਦੇਅਰ ਬੇਸ ਨਾਲ ਆਪਣੀ ਮਤ ਜਿਹੜੀ ਫਿਰ ਗੁਰਮਤ ਮਤ ਹੁੰਦੀ ਹੈਗੀ ਆ, ਉਹਦੇ ਮੁਤਾਬਕ ਉਹ ਚੱਲਦੇ ਹੈਗੇ, ਜੋ ਬਾਣੀ ਕਹਿੰਦੀ ਹੈਗੀ ਉਹਦੇ ਆਧਾਰ ਦੇ ਉੱਤੇ ਉਹਨਾਂ ਦੀ ਲਾਈਫ ਹੁੰਦੀ ਹੈਗੀ। ਜਪਿਆ ਪ੍ਰਭ ਸੁਣੇ, ਉਸ ਪ੍ਰਭੂ ਨੂੰ ਵੱਡੇ ਭਾਗਾਂ ਵਾਲਿਆਂ ਨੇ ਜਪਿਆ ਹੈ। ਵਡਭਾਗੀ ਤੋਂ ਭਾਵ ਇਹਦਾ ਨਹੀਂ ਆਉਂਦਾ ਕਿ ਵੱਡੇ ਭਾਗਾਂ ਨਾਲ ਜਪਿਆ, ਨਹੀਂ, ਇਹਦੇ ਵਿੱਚ ਹੈਗਾ ਉਹ ਵੀ ਆ ਸਕਦਾ ਹੈਗਾ, ਪਰ ਇਹਦੇ ਵਿੱਚ ਹੈਗਾ ਵੱਡੇ ਭਾਗਿਆਂ ਨਾਲ ਜਪਿਆ ਪ੍ਰਭ ਸੋਏ। ਪਰ ਹੁਣ ਉਹਦੇ ਵਿੱਚ ਫਿਰ ਬਿਲਕੁਲ ਹੀ ਰਹਿ ਜਾਂਦਾ ਵੀ ਕਿਹਨੇ ਜਪਿਆ, ਵੱਡੇ ਭਾਗਾਂ ਵਾਲਿਆਂ ਨੇ ਜਿਹੜਾ ਹੈਗਾ ਪ੍ਰਭੂ ਨੂੰ ਇਹਦੇ ਵਿੱਚ ਜਪਿਆ, ਕਈਆਂ ਥਾਂ 'ਤੇ ਆਉਂਦਾ। ਸੋ ਇਸੇ ਕਰਕੇ ਬਿੰਦੀ ਜਿਹੜੀ ਲਾਉਣੀ ਹੁੰਦੀ ਹੈਗੀ ਨਾ, ਉਹਨੂੰ ਕਈ ਵਾਰੀ ਦੇਖਣਾ ਪੈਂਦਾ ਹੈਗਾ ਵੀ ਕਿੱਥੇ ਅਸੀਂ ਲਾਉਣੀ ਹੈ ਕਿੱਥੇ ਨਹੀਂ, ਜ਼ਿਆਦਾ ਇਹਦੇ ਵਿੱਚ ਇੱਦਾਂ ਲੱਗ ਗਿਆ ਹੀ। ਓਕੇ, ਉਹਦੇ ਵਿੱਚ ਇਹੀ ਆਉਣਾ ਹੈਗਾ, ਮਤਲਬ ਨਿਕਲਣਾ ਹੈਗਾ ਵੱਡੇ ਭਾਗਾਂ ਵਾਲਿਆਂ ਨੇ। ਨਾਨਕ, ਹੇ ਨਾਨਕ ਨਾਮ ਰਤੇ ਸੁਖ ਹੋਏ, ਹੇ ਨਾਨਕ ਦੋਜ਼ ਹੂ ਆਰ ਇੰਬਿਊਡ ਵਿਦ ਨਾਮ, ਨਾਮ ਦੇ ਵਿੱਚ ਬਿਲਕੁਲ ਰਤੇ ਹੋਏ ਆ, ਸੈਚੂਰੇਟ ਹੋਏ ਹੈਗੇ ਆ, ਉਹ ਜਿਹੜੇ ਹੈਗੇ ਆ ਉਹਨਾਂ ਨੂੰ ਸੁੱਖ ਮਿਲਦਾ ਹੈ। ਦੇ ਅਚੀਵ ਦ ਪੀਸ ਆਨੰਦ, ਜਿਹਨੂੰ ਅਸੀਂ ਕਹਿੰਦੇ ਉਹ ਸੁੱਖ। ਅੱਗੇ ਚੱਲੋ ਜੀ, ਸੇਵਕ ਦੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਹੁਣ ਆ ਗਿਆ ਕਲੀਅਰ ਕਰ ਦਿੱਤਾ ਕਿ ਨਾ, ਇਹ ਜਿਹੜੀ ਹੈਗਾ ਨਾ ਤੀਜਾ, ਇਹ ਬਹੁਤ ਇੰਪੋਰਟੈਂਟ ਹੈ। ਇਟਸ ਕਾਇੰਡ ਆਫ ਜਸਟ ਲਾਈਕ ਜਿੱਦਾਂ ਨਾ ਕਿਸੇ
शब्द रहाव की तुक होंगी हैगी दिस विच गट होल आंसर एसेंस एस तीजी लाइन तीजे पदे के बच्चे हैगा सारा पर इन समझना जरा है थोड़ा जहा मुश्किल हैगा तो आई ट्राई माय बेस्ट टू एक्सप्लेन सेवक की मानसा पूरी पई सतगुर ते निर्मल मत लई पहला तो जिदा मैं दस भी दुए तुकां जरूर कट्ठिया ही पढ़ो तो थानू वो हिंट मिल जाते भी तुम की करना होंगे कि अर्थ कर मानसा मानसा की होंगी है इच्छा वो तो मैं हम इतने भी लिता है कि मेरा घर में लिखा सी भी इच्छा आई डोंट नो ए पार्ट पर जी होंगी है कि मानसा मानसा होंगे है भी जेडे थोड़े मन के पुरने उठते कहते मानसा ओके क्योंकि फुरने जड़े है उसदे ही रहिंदे हैगे उन्हें टिकना नहीं हुंदा हैगा लेट मी एक्सप्लेन इट लिटल बिट देयर दिस पर्टिकुलर कॉन्सेप्ट मन जड़ा है ना मन इज जस्ट लाइक ए पेंट रूम मैं एग्जाम्पल बहुत सोहनी लगती है आई लाइक दैट मैं गल कि करूँगा इस लाइक ए पेंट रूम मन के बंदा अपनी मत के मुताबिक जी गार ने उन्होंने इंटैलीजेंस दी हैगी डिसाइड करके मैं इतों सुख मिलना हैगा तो वो मगर दौड़ मन टिकता क्यों नहीं है असली मन बनिया ही इस करके है इट इज एक्चुअली लुकिंग टू डू द सिमरन मैं सिमरन कर लेट मी गिव यू एग्जांपल क्यों मैं ये कह रहा बंदा जब गर्भ के विच सीगा वो सिमरन कर रहा सुख सीगा उत्थे अंदर अग चलती सीगी उहदे विच भी उह सुखी सी क्यों सीगा क्योंकि जब वह सिमरन कर रहा सीगा तो उहनूं जिहड़ी सी शांति मिल रही सी मन हमेशा शांति चाहुंदा मन कित्थों मिले उह फिर की करदा हैगा ही यूज हिज ओन मत अपनी विजडम दे मुताबक उह कहिंदा लै मैनूं शांति इत्थे मिल जाणी आ लै जे आह जॉब मिल गई इहदे विच इन्ने क पैसे बण जाणे आह हो जूगा जां मैनूं आह कार मिल गई तो मेरा आह हो जाणा सो उन्हें आप ही डिसाइड किया हों मन डिसाइड है मे बी आई शुड गो मैं एक्सप्लेन कर ली तो मैं उस बनाया है डायग्राम लेट्स से दैट मन जड़ा है भटकता है उन्हों कोई फुरना उठ खड़ा होया मैं आ चाहिए भी ये ना मैं सुख मिलना तो वह की करता है दौड़ा वो मगर फिर रन आफ्टर द वो जब रन करता है पता की होंगे है जो दसवां द्वार है जिथे उन्हें टिकना है जब उन्हें जाना पेंडूलम वागू ता ही मैंने पेंडूलम की एग्जाम्पल बहुत सोहनी लगती हैगी उत्तों ही तो उदा ही लंघ गया उन्हें तो टाइम ही नहीं मिलया वो नज़र करन भी वो उत्ते होमे का तो पर्दा हैगा ही है क्योंकि वह अपनी मत के मगर लगा है अपनी मत के मगर लगा है सो ही इज गोइंग टू मिस दैट गोद ओवर देयर जब उत्थे गया ओहो इतों मैं सुख टालदा सी जां टोलदा सी जां शांति टोलदा सी ही डजंट फाइंड इट फुरना होर आ गया उत्थे कई बारी हुंदा है ना हले वो जानता ही हुंदा राह दे विच फुरना होर आ जांदा उत्थों ही फिर उहदे मगर दौड़ लग पैंदा हैगा सो मन जिहड़ा हैगा कदी भी टिकदा नहीं हैगा उहनूं टिकाउणा जिहड़ा हैगा ना वो फिर एक ही तरीका हैगा उन्होंने किस तरह कन्विंस करवाना पड़ना है भी जेड़ा तेन सुख टोलता है वो इस तरीके इतों मिलता वो सिर्फ तुम गुरु ही दस सकता हो कोई नहीं कर सकता गुरु फिर अपने शब्द राय सू एक्सप्लेन कर करके वो फिर एन कन्विंस करा है भी जो सुख पालना है तो इस तरीके ही मिलना है आ जी मैं सिक्ख्या दे रहा है ये ना क्योंकि गुरु को पता है ही नोज हाउ टू अप्रोच गॉड ही इज द ओनली वन
ਸਾਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਨਾਨਕ ਨੇ ਤੁਹਾਡਾ ਹੱਥ ਫੜ ਕੇ ਲੈਣਾ ਉਹ ਤੋਂ ਬਗੈਰ ਤੁਸੀਂ ਜਾ ਨਹੀਂ ਸਕਦੇ ਇਸੇ ਕਰਕੇ ਉਹਨੇ ਤੁਹਾਨੂੰ ਦੱਸਣਾ ਹੈਗਾ ਕਿੱਦਾਂ ਫਿਰ ਕੀ ਹੁੰਦਾ ਜਿਹੜੀ ਮਨਸਾ ਹੁੰਦੀ ਹੈ ਮਨੇ ਸਮਾਨੀ ਮਨਸਾ ਮਨੈ ਸਮਾਨੀ ਉਹ ਫਿਰ ਮਨਸਾ ਜਿਹੜੀਆਂ ਹੁੰਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਤੁਹਾਡੇ ਸ਼ਬਦ ਦੇ ਰਾਹੀਂ ਮਨ ਦੇ ਵਿੱਚ ਹੀ ਸਮਾ ਜਾਂਦੀਆਂ ਜਿੱਦਾਂ ਸਮੁੰਦਰ ਦੇ ਵਿੱਚ ਜਿਹੜੀਆਂ ਲਹਿਰਾਂ ਹੈਗੀਆਂ ਨਾ ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਣ ਤਾਂ ਉਹ ਸ਼ਾਂਤ ਹੋ ਜਾਂਦੇ ਆ ਇੱਦਾਂ ਹੀ ਜਿਹੜਾ ਮਨ ਹੈਗਾ ਫਿਰ ਉਹ ਸ਼ਾਂਤੀ ਦੇ ਵਿੱਚ ਆ ਜਾਂਦਾ ਉਹ ਟਿਕ ਜਾਂਦਾ ਉਹਨੂੰ ਫਿਰ ਦਸਵਾਂ ਦੁਆਰ ਜਿਹੜਾ ਹੈਗਾ ਜਦ ਉਸ ਅਵਸਥਾ ਦੇ ਵਿੱਚ ਹੁੰਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਰਸਤਾ ਹੈਗਾ ਇਸ ਦੇ ਨਾਲ ਮੈਂ ਆਪਣਾ ਮਿਲਣਾ ਹੈ ਇਸੇ ਕਰਕੇ ਜਦ ਤੁਸੀਂ ਇਹਦੇ ਅਰਥ ਕਰਨੇ ਹੈਗੇ ਨਾ ਹੁਣ ਮਨਸਾ ਅਸੀਂ ਜੇ ਕਹਿੰਦੇ ਜੇ ਮਨਸਾ ਸੀਗੀ ਵੀ ਸਾਡੀ ਇਸ ਸੀਗੀ ਅਸੀਂ ਨਾਮ ਮਿਲਣਾ ਹੈਗਾ ਵੀ ਉਹ ਪੂਰੀ ਹੋ ਗਈ ਨਹੀਂ ਇੱਥੇ ਇਹ ਨਹੀਂ ਮਤਲਬ ਹੈਗਾ ਇੱਥੇ ਮਤਲਬ ਇਹ ਹੈਗਾ ਵੀ ਜਿਹੜੀ ਉਹਦੀ ਦੌੜ ਸੀਗੀ ਦੁਨਿਆਵੀ ਚੀਜ਼ਾਂ ਵਾਲਾ ਵਾਲੀ ਉਹ ਹੁਣ ਪੂਰੀ ਹੋ ਗਈ ਉਹ ਖਤਮ ਹੋ ਗਈ ਓਕੇ ਉਹ ਹੁਣ ਦੌੜ ਨਹੀਂ ਉਹਦੀ ਰਹੀ ਕਿਉਂ ਕਿਉਂਕਿ ਉਹਨੇ ਸਤਿਗੁਰੂ ਦੀ ਮਤ ਲਈ ਹੀ ਹੈਵ ਰਿਸੀਵ ਦ ਮਤ ਫਰੋਮ ਗੁਰੂ ਸਤਿਗੁਰੂ ਟਰੂ ਗੁਰੂ ਹੀ ਅਬਟੇਨ ਦ ਇਮੈਕੂਲੇਟ ਟੀਚਿੰਗ ਆਫ ਗੁਰੂ ਐਂਡ ਦੈਟਸ ਵਾਈ ਉਹਦੀ ਜਿਹੜੀ ਸੀਗੀ ਰਨਿੰਗ ਆਫਟਰ ਦ ਵੈਲਥ ਕਿਉਂਕਿ ਆਪਾਂ ਪਿਛਲੀ ਹਸਪਤਾਲ 'ਚ ਕੀਤਾ ਸੀ ਨਾ ਉਹ ਤਾਂ ਸਾਰਾ ਕੁਛ ਛਾਰ ਆ ਐਸ਼ਜ਼ ਹੈਗੀਆਂ ਉਹ ਫਿਰ ਦੌੜ ਜਿਹੜੀ ਹੈਗੀ ਉਹਦੀ ਮੁੱਕ ਜਾਂਦੀ ਹੈ ਜਨ ਕੋ ਪ੍ਰਭ ਹੋਇਓ ਦਿਆਲ ਜਨ ਕੋ ਔਂਕੜ ਉੜ ਗਿਆ ਕੋ ਨੂੰ ਪ੍ਰਭ ਹੋਇਓ ਦਿਆਲ ਹੁਣ ਪ੍ਰਭ ਦੇ ਥੱਲੇ ਹੈਗਾ ਪ੍ਰਭ ਆਪ ਦਿਆਲ ਹੁੰਦਾ ਹੈਗਾ ਉਹ ਜਾਂਦਾ ਹੈ ਕਿੱਦਾਂ ਸੇਵਨ ਕੀਨੋ ਸਦਾ ਨਿਹਾਲ ਜਿਹੜਾ ਜਿਹਨੇ ਸਤਿਗੁਰੂ ਦੀ ਮਤ ਲੈ ਲਈ ਮਤ ਲੈ ਕੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ ਮਨਸਾ ਜਿਹੜੀ ਸੀਗੀ ਪੂਰੀ ਕਰ ਲਈ ਹੈਗੀ ਆ ਹੁਣ ਦੌੜ ਭੱਜ ਮੁਕਾ ਲਈ ਹੈਗੀ ਆ ਉਹਦੇ ਉੱਤੇ ਫਿਰ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈਗੀ ਆ ਤਾਂ ਉਹਨੂੰ ਜਿਹੜਾ ਸੀਗਾ ਸਦਾ ਨਿਹਾਲ ਦਾਤ ਜਿਹੜੀ ਉਹ ਤਾਂ ਵਾਹਿਗੁਰੂ ਨੇ ਦੇਣੀ ਹੈਗੀ ਆ ਹੁਣ ਸਦਾ ਖੁਸ਼ੀ ਜਿਹੜੀ ਆ ਟਰਨ ਉਹ ਹੈਪੀਨੈਸ ਹੈਗੀ ਆ ਹੀ ਹੈਜ਼ ਗ੍ਰੈਂਟਡ ਹਿਮ ਦੈਟ ਓਕੇ ਸੇਵਕ ਕਿਨੋ ਹੀ ਹੈਜ਼ ਮੇਡ ਹਿਸ ਸਰਵੈਂਟ ਇਟਰਨਲੀ ਹੈਪੀ ਇਟਰਨਲੀ ਹੈਪੀ ਸਦਾ ਬੰਧਨ ਕਾਟ ਮੁਕਤ ਜਨ ਪਿਆ ਬੰਧਨ ਕਾਟ ਹੁਣ ਬੰਧਨ ਕਾਹਦੇ ਮਾਇਆ ਦੇ ਉਹੀ ਮਾਇਆ ਦੇ ਹੁਣ ਮਾਇਆ ਦੇ ਬੰਧਨ ਜਿਹੜੇ ਸੀਗੇ ਉਹ ਕੱਟ ਦਿੱਤੇ ਓਕੇ ਮੁਕਤ ਜਨ ਪਿਆ ਹੀ ਹੈਜ਼ ਬੀਨ ਲਿਬਰੇਟਡ ਨਾਓ ਜਨਮ ਮਰਨ ਦੁੱਖ the sufferings of the death and birth cycle and doubts vanished or ended okay oh khatam ho gaya na unhon koi bharm diya te na un koi dukh riya hega ich punni shabda sab punni hun jehde vich ede vich ich punni hun dekho ishwar ik ki hai ਜਦ ਤੁਸੀਂ ਹੁਣ ਇੱਥੇ ਕਰੋਗੇ ਇਸ਼ ਪੁੰਨੀ ਇਹ ਤਾਂ ਕੀ ਟ੍ਰਾਂਸਲੇਸ਼ਨ ਕਰੋਗੇ ਪੂਰੀ ਹੈ ਇੱਛਾ ਪੂਰੀ ਹੋਈ ਇੱਛਾ ਪੂਰੀ ਹੋ ਗਈ ਤੁਸੀਂ ਇਹ ਕਿਉਂ ਨਹੀਂ ਕਿਹਾ ਵੀ ਇੱਛਾ ਪੂਰੀਆਂ ਹੋ ਗਈਆਂ ਕਿਉਂਕਿ ਜੇ ਤੁਸੀਂ ਹੁਣ ਦੇਖੋਗੇ ਨਾ ਤਾਂ ਹੀ ਬਹੁਤ ਵਾਰੀ ਜਦ ਦੇਖਦੇ ਆ ਗਏ ਜਿਹੜਾ ਟ੍ਰਾਂਸਲੇਸ਼ਨ ਕੀਤਾ ਹੁੰਦਾ ਇੰਗਲਿਸ਼ ਦੇ ਵਿੱਚ ਉਹਨਾਂ ਨੇ ਨਾ ਦੇ ਵਿਲ ਸੇ ਆਲ ਦ ਡਿਜ਼ਾਇਰਸ ਹੈਵ ਬੀਨ ਫੁਲਫਿਲਡ ਨੋ ਦੈਟਸ ਨਾਟ ਟਰੂ ਕਿਉਂ ਇਸ ਦੇ ਥੱਲੇ ਕਿਉਂ ਔਂਕੜ ਹੈ ਨਹੀਂ ਜੇ ਔਂਕੜ ਨਹੀਂ ਹੋਵੇ ਕਿਸੇ ਦੇ ਥੱਲੇ ਉਹ ਫਲੂਰਲ ਬਣ ਜਾਂਦਾ ਨਾ ਪਰ ਜੇ ਉਹ ਮੈਸਕੁਲਨ ਵਰਡ ਹੋਵੇ ਪਰ ਇਸ ਜਿਹੜਾ ਹੈਗਾ ਫੈਮਿਨਨ ਵਰਡ ਹੈਗਾ ਉਹਦੇ ਥੱਲੇ ਔਂਕੜ ਜਿਹੜਾ ਹੈਗਾ ਨਹੀਂ ਸੀ ਦੇਹ ਜਿੱਦਾਂ ਸਾਡੀ ਹੈਗੀ ਆ ਇਹਦੇ ਥੱਲੇ ਵੀ ਅਸੀਂ ਕਦੀ ਵੀ ਔਂਕੜ ਨਹੀਂ ਪਾਵਾਂਗੇ ਕਿਉਂਕਿ ਇਸੇ ਫੈਮਿਨਨ ਵਰਡ ਇੱਦਾਂ ਇਸ ਜਿਹੜੀ ਹੈਗੀ ਆ ਵੀ ਉਹ ਹੁਣ ਪੂਰੀ ਹੋ ਗਈ ਕੀ ਹੋ ਗਿਆ ਵੀ ਉਹਨੂੰ ਜਿਹੜਾ ਸੀਗਾ ਸਰਦਾ ਸਭ ਪੂਰੀ ਜਿਹੜਾ ਉਹਦਾ ਫੇਸ ਸੀਗਾ ਜੋ ਕੁਛ ਉਹ ਮੰਗਦਾ ਸੀਗਾ ਜੋ ਕੁਛ ਉਹਨੇ ਲੈਣਾ ਸੀਗਾ ਜਿਹੜਾ ਉਹਦਾ ਬਿਲੀਫ ਸੀਗਾ ਜਿਹੜੀ ਉਹਦੀ ਇੰਟੈਂਟ ਸੀਗੀ ਜਿਹੜਾ ਉਹਦਾ ਪਰਪਸ ਸੀਗਾ ਇਟ ਹੈਜ਼ ਬੀਨ ਰਿਵਾਰਡਡ ਉਹ ਪੂਰਾ ਕਰ ਦਿੱਤਾ ਗਿਆ ਰੱਬ ਰਿਹਾ ਸਤਸੰਗ ਤਾਂ ਹੁਣ ਉਹ ਰਹਿ ਰਿਹਾ ਇਸ ਹਿਸਾਬ ਨਾਲ ਕਿੱਦਾਂ ਉਹਨੂੰ ਵਾਹਿਗੁਰੂ ਸਾਰੇ ਥਾਂ ਤੇ ਦਿੱਤਾ ਹੈਗਾ ਹੀ ਸੀਜ਼ ਗਾਡ ਐਵਰੀਵੇਅਰ ਆਲ ਪ੍ਰਵੇਲਿੰਗ ਐਵਰੀ ਪਲੇਸ pervading in all and everywhere
satsang vich ni kalla eh ne te baaki deyan de vich hun te da and he feels that pe oh mere ang sang gaya why and he feels God is with him all the time okay jiska sa whoever he belong to kitho assi aaye ha apa big bang wala vi kita si ga we came from God sari aatma ਜਿਹੜੀਆਂ ਪਰਮਾਤਮਾ ਤੋਂ ਆਈਆਂ ਹੈਗੀਆਂ ਉਹਦੀ ਆਤਮਾ ਸੀਗੀ ਉਹਨੇ ਆਪਣੇ ਪਾਰਟ ਤੇ ਸਾਰਾ ਕੁਝ ਬਣਾਇਆ ਹੈਗਾ ਐਵਰੀਥਿੰਗ ਇਜ਼ ਕ੍ਰੀਏਟਿਡ ਫਰਮ ਦੈਟ ਫਿਰ ਉਹਦਾ ਹੀ ਸੀਗਾ ਉਹ ਵੀ ਆਤਮਾ ਜਿਹੜੀ ਸੀਗੀ ਉਹਦੀ ਸੀ ਤੈਨੂੰ ਲਿਆ ਮਿਲਾ ਹੈ ਉਸ ਗਾਰ ਨੇ ਉਸ ਵਾਹਿਗੁਰੂ ਨੇ ਹੀ ਐਕਚੁਲੀ ਯੂਨਾਈਟਿਡ ਦੈਟ ਪਰਸਨ ਵਿਦ ਹਿਮਸੈਲਫ ਨਾਨਕ ਹੇ ਨਾਨਕ ਭਗਤੀ ਨਾਮ ਸੁਣ ਜਿਹੜੀ ਭਗਤੀ ਦੀ ਇਸ਼ ਪੂਰੀ ਹੋ ਗਈ ਹੈਗੀ ਭਗਤੀ ਕਰਨੀ ਨਾਮ ਵਾਲੀ ਤਾਂ ਕੀ ਹੋਇਆ ਹੈਗਾ ਉਹਨੂੰ ਨਾਮ ਦੇ ਵਿੱਚ ਹਮੇਸ਼ਾ ਸਮਾਇਆ ਰਹਿੰਦਾ ਹੈਗਾ ਨਾਮ ਵਿੱਚ ਮੈਨੂੰ ਸਿਆਰੀ ਲੱਗੀ ਵੀ ਹੈਗੀ ਆ ਦੇਰ ਦੇ ਪ੍ਰੈਪੋਜੀਸ਼ਨ ਵਿਦ ਦੈਟ ਵਨ ਸੋ ਫਿਰ ਉਹ ਕੀ ਕਰਦਾ ਨਾਮ ਦੇ ਵਿੱਚ ਕਹਿਣ ਦਾ ਮਤਲਬ ਉਹ ਸਦਾ ਹੀ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈਗਾ ਹੀ ਇਜ਼ ਇਨ ਬਲੈਸ ਆਲ ਦਾ ਟਾਈਮ ਆਲ ਦਾ ਟਾਈਮ ਇਸੇ ਕਰਕੇ ਮੈਂ ਕਿਹਾ ਵੀ ਇਹਦੇ ਵਿੱਚੋਂ ਸਾਰਾ ਕੁਝ ਦੱਸ ਦਿੱਤਾ ਵੀ ਜੋ ਕੁਝ ਮੰਗਿਆ ਸੀਗਾ ਉਹ ਵੀ ਸਾਰਾ ਕੁਝ ਦੱਸ ਦਿੱਤਾ ਤਾਂ ਦੱਸ ਦਿੱਤਾ ਵੀ ਉਹ ਇਸ਼ ਵੀ ਪੂਰੀ ਹੋ ਗਈ ਹੈਗੀ ਆ ਓਕੇ ਸੋ ਸਲੋਕ ਤੋਂ ਦੇਖ ਲਓ ਸਾਨੂੰ ਸਾਰਾ ਕੁਝ ਪਤਾ ਸੀ ਵੀ ਇਹਦੇ ਵਿੱਚ ਕੀ ਕਵਰ ਕਰਨਾ ਤਾਂ ਕੀ ਨਹੀਂ ਕਰਨਾ ਹੈਗਾ ਤਾਂ ਹੁਣ ਹੌਲੀ ਹੌਲੀ ਸਭ ਕੁਝ ਹੋ ਰਿਹਾ ਹੈਗਾ ਅਗਲਾ ਚੱਲੋ ਜੀ ਸੋ ਕਿਉਂ ਵਿਸਰਾ ਹੈ ਜੇ ਘਰ ਨਾ ਪਾਉਂਦਾ ਉਹ ਕਹਿੰਦੇ ਤੇ then why should you forsake him or forget him kyon tusi ohnu forget karoge je jab jajje nu sihari lagi hove ta ki hunda hai ka matlab eda this is short of jehda wahe guru kaal na paane kaal da ki matlab hunda mehnat shakkat twadi effort put in kiti ਤੁਸੀਂ ਬੇਨਤੀ ਕੀਤੀ ਹੈਗੀ ਆ ਪਰ ਤੁਹਾਨੂੰ ਨਾਮ ਤੁਹਾਨੂੰ ਹੀ ਜਪਣਾ ਪਿਆ ਹਰੇਕ ਨੇ ਆਪੋ ਆਪਣਾ ਨਾਮ ਜਪ ਕੇ ਨਾਮ ਧਨ ਖੱਟਣਾ ਯੂ ਕੈਨਟ ਐਕਚੁਲੀ ਗੈਟ ਇਟ ਫਰੋਮ ਸਮਬਾਡੀ ਵੀ ਆ ਜਿਹੜਾ ਹੈਗਾ ਸੀ ਇਹਦੇ ਕੋਲ ਬਹੁਤ ਜ਼ਿਆਦਾ ਸੀਗਾ ਇਹਨੇ ਸਿਰ 'ਤੇ ਹੱਥ ਰੱਖ ਦਿੱਤਾ ਹੁਣ ਥੋੜ੍ਹਾ ਜਿਹਾ ਇੱਧਰ ਮਿਲ ਗਿਆ ਯੂ ਹੈਵ ਟੂ ਅਰਨ ਇਟ ਅਸੀਂ ਪਿਛਲੀ ਆਸਪਤੀ ਦੇ ਵਿੱਚ ਵੀ ਉਹ ਕੀਤਾ ਸੀਗਾ ਵੀ ਨਾਮ ਧਨ ਜਿਹੜਾ ਖੱਟਣਾ ਯੂ ਹੈਵ ਟੂ ਪੁੱਟ ਇਨ ਐਫਰਟ ਓਕੇ ਹੁਣ ਤੁਸੀਂ ਐਫਰਟ ਪੁੱਟ ਕਰਦੇ ਸੀਗੇ ਤਾਂ ਨਾਲ ਹੁਣ ਵਾਹਿਗੁਰੂ ਨੂੰ ਬੇਨਤੀਆਂ ਕਰਦੇ ਸੀ ਤੁਹਾਡੀ ਇਸ਼ ਜਿਹੜੀ ਸੀਗੀ ਪਿਛਲੇ ਤੇ ਵਿੱਚ ਅਸੀਂ ਕਿਹਾ ਤਾਂ ਉਹ ਪੂਰੀ ਹੋ ਗਏ ਓਕੇ ਫਿਰ ਕੀ ਹੁੰਦਾ ਹੈਗਾ ਤੇ ਉਹ ਕਹਿੰਦੇ ਆ ਕਿ ਵੀ ਜਿਹੜਾ ਇੱਦਾਂ ਦੀਆਂ ਇੱਛਾ ਪੂਰੀਆਂ ਕਰ ਦਿੰਦਾ ਹੈਗਾ ਤੁਹਾਡੀ ਐਫਰਟ ਜਿਹੜੀ ਪੁੱਟਨ ਕੀਤੀ ਹੈਗੀ ਉਹਨੂੰ ਅਜਾਈ ਨਹੀਂ ਜਾ ਦਿੰਦਾ ਹੀ ਡਜ਼ ਨਾਟ ਲੈਟ ਇਟ ਗੋ ਵੇਸਟਡ ਵਟਐਵਰ ਐਫਰਟ ਯੂ ਹੈਵ ਪੁੱਟ ਇਨ ਇਧਰਲੇ ਪਾਸੇ ਉਹ ਇੱਕ ਹੁੰਦਾ ਤੁਸੀਂ ਬੈਂਕ ਦੇ ਵਿੱਚ ਉਹ ਧਨ ਜਿਹੜੀ ਹੈਗੀ ਵੈਲਥ ਜਮ੍ਹਾਂ ਕਰਾ ਲਈ ਹੈਗੀ ਆ ਉਹਨੇ ਤੁਹਾਡੇ ਇੱਥੇ ਵੀ ਕੰਮ ਆਉਣਾ ਪਰਲੋਕ ਦੇ ਵਿੱਚ ਇਟ ਇਜ਼ ਗੋਇੰਗ ਵਿਦ ਯੂ ਨਥਿੰਗ ਐਲਸ ਬਾਕੀ ਤਾਂ ਸਾਰਾ ਕੁਝ ਛਾ ਰਿਹਾ ਬਾਕੀ ਜਿਹੜਾ ਇੱਥੇ ਵਾਲੀ ਵੈਲਥ ਹੈਗੀ ਆ ਨਾ ਉਹ ਤਾਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈਗਾ ਉਹ ਹੀ ਇਕੱਲਾ ਇੱਕ ਹੋਣਾ ਹੈਗਾ ਉਹ ਕਹਿੰਦਾ ਵੀ ਨੈਵਰ ਲੈਟ ਇਟ ਗੋ ਵੇਸਟ ਜਿਹੜੀ ਵੀ ਤੁਹਾਡੀ ਪੁੱਟ ਸੋ ਸਾਨੂੰ ਇੱਥੇ ਗੁਰੂ ਸਾਹਿਬ ਫਿਰ ਉਤਸ਼ਾਹ ਦੇ ਰਹੇ ਹੈਗੇ ਆ ਦੱਸ ਰਹੇ ਹੈਗੇ ਆ ਇਸ ਪਾਸੇ ਲੱਗੋ ਸਤਿਗੁਰੂ ਦੇ ਨਾਲ ਲੱਗ ਕੇ ਨਾਮ ਜਪੋ ਕਰੋ ਜਿੱਦਾਂ ਗੁਰੂ ਕਹਿ ਰਿਹਾ ਹੈਗਾ ਡੂ ਇਟ ਦੈਟ ਵੇ ਓਕੇ ਸੋ ਕਿਉਂ ਵਿਸਰੇ ਜੇ ਕੀਆ ਜਾਵੇ ਸੋ ਦੈਨ ਵਾਈ ਸ਼ੁਡ ਬੀ ਫੋਰਗੈਟ ਹੈ ਜਿਹੜਾ ਉਹ ਵੀ ਵਟਐਵਰ ਯੂ ਹੈਵ ਡਨ ਹੀ ਐਕਨੋਲੇਜਸ ਇਟ ਜਾਣੇ ਦਾ ਮਤਲਬ ਉਹਨੂੰ ਉਹ ਰੈਕੋਗਨਾਈਜ਼ ਕਰਦਾ ਹੈਗਾ ਜੋ ਕੁਝ ਵੀ ਤੁਸੀਂ ਕੀਤਾ ਹੈਗਾ ਉਹ ਇੱਦਾਂ ਨਹੀਂ ਅਜਾਈ ਨਹੀਂ ਜਾਣ ਦਿੰਦਾ ਹੈਗਾ ਹੀ ਐਕਨੋਲੇਜਸ ਦੈਟ ਅਤੇ ਹਾਂ ਵੀ ਇਹਨੇ ਇਹ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਸੀ ਨਾ ਜਦੋਂ ਆਪਾਂ ਕਰਦੇ ਸੀਗੇ ਕ੍ਰੀਏਸ਼ਨ ਬਾਰੇ ਜਿਹੜੀ ਪ੍ਰੈਜੈਂਟੇਸ਼ਨ ਸੀਗੀ ਬਈ ਇਟ ਇਜ਼ ਅਪ ਟੂ ਯੂ ਕਿਉਂਕਿ ਜਿਹੜਾ ਬੰਦਾ ਹੈਗਾ ਉਹਨੂੰ ਰੱਬ ਨੇ ਇੰਟੈਲੀਜੈਂਸ ਵੀ ਦਿੱਤੀ ਹੈਗੀ ਆ ਇਮੈਜੀਨੇਸ਼ਨ ਵੀ ਦਿੱਤੀ ਹੈਗੀ ਆ ਕੌਨਸ਼ੀਅਸ ਵੀ ਦਿੱਤੀ ਹੈਗੀ ਆ ਪਰ ਇੱਕ ਚੀਜ਼ ਹੋਰ ਨਾਲ ਦਿੱਤੀ ਹੈਗੀ ਜਿਹੜੀ ਬਹੁਤ ਇੰਪੋਰਟੈਂਟ ਹੈ
ਉਹ ਸੀਗੀ ਫਰੀਡਮ ਆਫ ਚੋਇਸ ਤੇ ਤੂੰ ਕੀ ਕਰਨਾ ਮੰਗਦਾ ਹੈਗਾ ਕਿਉਂਕਿ ਬਾਕੀ ਜਾਨਵਰ ਜਿਹੜੇ ਹੈਗੇ ਉਹ ਉਹੋ ਹੀ ਕੁਛ ਕਰਦੇ ਹੈਗੇ ਜੋ ਉਹਦਾ ਹੁਕਮ ਹੈਗਾ ਇੱਕ ਸਿਰਫ ਬੰਦਾ ਹੀ ਹੈਗਾ ਜਿਹੜਾ ਆਪਣੀ ਮਤ ਦੇ ਪਿੱਛੇ ਜਾ ਕੇ ਉਹਦੇ ਹੁਕਮ ਤੋਂ ਬਾਹਰ ਜਾ ਸਕਦਾ ਹੈਗਾ ਕਿਉਂਕਿ ਗਾਡ ਪਰਮਿਟਡ ਹਿਮ ਟੂ ਡੂ ਦੈਟ ਉਹਦੀ ਵਿਲ ਦੇ ਵਿੱਚ ਹੀ ਆ ਇਹ ਵੀ ਇਹ ਜੇ ਇਹਨੇ ਕਰਨਾ ਕਰ ਲਓ ਪਰ ਨਾਲ ਉਹਨੂੰ ਇਹ ਵੀ ਦੱਸਿਆ ਹੈਗਾ ਵੀ ਗੁਰੂ ਘੱਲ ਕੇ ਉਹਨੂੰ ਇਹ ਐਨ ਕਲੀਅਰ ਕਰ ਦਿੱਤਾ ਹੈਗਾ ਵੀ ਦਿਸ ਇਜ਼ ਦਾ ਓਨਲੀ ਵੇ ਯੂ ਕੈਨ ਬਿਕਮ ਵਨ ਵਿਦ ਮੀ ਦੇਰ ਇਜ਼ ਨੋ ਅਦਰ ਵੇ ਮੇਰੇ ਨਾਲ ਜੁੜ ਕੇ ਜਾਂਦਾ ਤਾਂ ਜੋ ਗੁਰੂ ਨੇ ਦੱਸਿਆ ਉਹ ਕਰੇਗਾ ਤਾਂ ਦੈਨ ਯੂ ਕੈਨ ਬਿਕਮ ਵਨ ਵਿਦ ਮੀ ਸੋ ਹੁਣ ਬੰਦੇ ਨੂੰ ਚੁਆਇਸ ਸੀਗੀ ਵੀ ਆਹ ਜਿਹੜਾ ਦੁਨਿਆਵੀ ਖੇਲ ਆ ਉਹਨੇ ਕੀਤਾ ਹੈਗਾ ਪਲੇ ਜਾਂ ਡਰਾਮਾ ਰਚਿਆ ਹੈਗਾ ਵਾਹਿਗੁਰੂ ਨੇ ਵੀ ਡੂ ਆਈ ਵਾਂਟ ਟੂ ਐਕਚੁਅਲੀ ਜਸਟ ਸਟੇ ਇਨ ਹੀਅਰ ਐਂਡ ਇੰਜੋਏ ਦਿਸ ਵਨ ਔਰ ਸਫਰ ਵਟਐਵਰ ਇਟ ਕਮਸ ਵਿਦ ਇਟ ਔਰ ਡੂ ਆਈ ਵਾਂਟ ਟੂ ਗੈਟ ਆਊਟ ਆਫ ਇਟ ਐਂਡ ਬਿਕਮ ਵਨ ਵਿਦ ਹਿਮ ਐਂਡ ਬੀ ਇਨ ਬਲੈਸ ਜਿਹੜਾ ਅਸੀਂ ਪਿਛਲੇ ਦੇ ਵਿੱਚ ਕਰਕੇ ਆ ਰਹੇ ਸੰਧੀ ਵੀ ਸੁੱਖ ਲੈ ਲਓ ਹੁਣ ਜਿੰਨੇ ਵੀ ਭਗਤ ਸੀਗੇ ਗੁਰੂ ਸੀਗੇ ਸਾਰੇ ਹੀ ਇਹ ਕਹਿੰਦੇ ਹੈਗੇ ਆ ਐਨ ਸਾਨੂੰ ਵੀ ਪਤਾ ਹੈਗਾ ਅਸੀਂ ਹੁਣ ਦਾ ਤਾਂ ਕਹਿ ਲਵਾਂਗੇ ਵੀ ਹਾਂ ਤਾਂ ਚਲੋ ਠੀਕ ਹੈਗਾ ਐਤਕੀ ਬੜਾ ਸੋਹਣਾ ਹੋਇਆ ਖੁਸ਼ੀ ਹੈਗੀ ਚਲੋ ਕੋਈ ਨਹੀਂ ਆ ਰੰਗ ਰਲੀਆਂ ਮਾਰ ਕੇ ਤਾਂ ਮਰ ਲਵਾਂਗੇ ਪਰ ਆਰ ਯੂ ਗਾਰੰਟੀ ਯੂ ਆਰ ਗੋਇੰਗ ਕਮ ਬੈਕ ਐਜ਼ ਅ ਹਿਊਮਨ ਬੀਇੰਗ ਅਗੇਨ ਐਂਡ ਇਫ ਸੋ ਔਰ ਇਫ ਨਾਟ ਵੈਨ ਆਰ ਯੂ ਗੋਇੰਗ ਗੈਟ ਦੈਟ ਚਾਂਸ ਅਗੇਨ ਯੂ ਡੋਂਟ ਹੈਵ ਐਨੀ ਆਈਡੀਆ ਜੇ ਤੁਹਾਡੀ ਕਮਾਈ ਨਹੀਂ ਕੀਤੀ ਹੋਈ ਹੈਗੀ ਜਿਹੜੀ ਉਹ ਪਛਾਣ ਨਹੀਂ ਸਕਦਾ ਹੈਗਾ ਅਕਨੋਲੇਜ ਨਹੀਂ ਕਰਦਾ ਹੈਗਾ ਕਿਉਂਕਿ ਐਟ ਦ ਐਂਡ ਦੈਟਸ ਵਾਟ ਇਜ਼ ਗੋਇੰਗ ਟੂ ਡਿਸਾਈਡ ਵੈਦਰ ਯੂ ਆਰ ਗੋਇੰਗ ਟੂ ਬਿਕਮ ਵਨ ਵਿਦ ਹਿਮ ਔਰ ਨਾਟ ਤੁਹਾਡੀ ਘਾਲ ਕਿੰਨੀ ਕੀ ਕੀਤੀ ਹੋਈ ਹੈਗੀ ਤੁਹਾਡੀ ਕਮਾਈ ਕਿੰਨੀ ਕੀਤੀ ਹੋਈ ਹੈਗੀ ਓਕੇ ਸੋ ਉਹਦੇ ਨਾਲ ਕੀ ਹੋਣਾ ਹੈਗਾ ਤਾਂ ਯੂ ਕੈਨ ਐਟਲੀ ਸਟੇ ਇਨ ਦੈਟ ਸਾਈਕਲ ਆਲ ਦਾ ਟਾਈਮ ਯੂ ਨੋ ਓਕੇ ਹੁਣ ਇੱਥੇ ਉਹ ਕਹਿ ਰਿਹਾ ਕਿ ਸੋ ਕਿਉਂ ਵਿਸਰਿਆ ਜਿਨ ਸਭ ਕੁਛ ਜੀਆ ਹੁਣ ਜੱਜੇ ਨੂੰ ਸਿਆਰੀ ਨੰਨੇ ਨੂੰ ਸਿਆਰੀ ਜਿੱਥੇ ਵੀ ਆਵੇ ਨਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਜਿਸ ਨੇ ਇਹ ਸਿੰਗੂਲਰ ਹੁੰਦਾ ਹੈ ਜੇ ਜੱਜੇ ਨੂੰ ਸਿਆਰੀ ਤਾਂ ਨੰਨਾ ਤਾਂ ਉਹਦੇ ਨਾਲ ਕੁਛ ਨਾ ਲੱਗਾ ਹੋਵੇ ਤਾਂ ਫਿਰ ਉਹ ਜਿਹੜਾ ਹੈਗਾ ਪਲੂਰਲ ਬਣ ਜਾਂਦਾ ਹੈਗਾ ਜੇ ਜੱਜੇ ਨੂੰ ਸਿਆਰੀ ਤਾਂ ਨੰਨਾ ਨਾਲ ਜਾਣੀ ਸਿਆਰੀ ਵੀ ਲੱਗੇ ਸਿਆਰੀ ਨਾ ਲੱਗੀ ਹੋਵੇ ਇਕੱਲਾ ਔਂਕਣ ਲੱਗਾ ਹੋਵੇ ਤਾਂ ਜਿਸ ਬਣ ਜਾਂਦਾ ਹੈਗਾ ਓਕੇ ਪਰ ਇਹਦੇ ਵਿੱਚ ਜਿੱਥੇ ਵੀ ਸਿਆਰੀ ਲੱਗੀ ਹੈਗੀ ਹੈ ਇਹਨੇ ਜਿਸ ਨੇ ਬਣਨਾ ਹੈਗਾ ਸਭ ਕਿਛ ਦਿਆ ਸਾਰਾ ਕੁਛ ਜਿਹਨੇ ਦਿੱਤਾ ਦ ਵਨ ਹੂ ਹੈਵ ਗਿਵਨ ਅਸ ਐਵਰੀਥਿੰਗ ਆਲ ਦੈਟ ਸਾਨੂੰ ਅੱਖਾਂ ਦਿੱਤੀਆਂ ਸਾਨੂੰ ਨੱਕ ਦਿੱਤਾ ਹੈਗਾ ਸਾਨੂੰ ਸੋਹਣਾ ਚਿਹਰਾ ਦਿੱਤਾ ਹੈਗਾ ਸਾਨੂੰ ਬਾਡੀ ਦਿੱਤੀ ਹੈਗੀ ਆ ਹੀ ਹੈਜ਼ ਗਿਵਨ ਅਸ ਦ ਬਰਥ ਐਜ਼ ਅ ਹਿਊਮਨ ਬੀਇੰਗ ਐਂਡ ਹੋਰ ਵੀ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਹੈਗੀਆਂ ਆਰ ਗਿਵਨ ਬਾਈ ਹਿਮ ਦੋਜ਼ ਆਰ ਹਿਜ਼ ਦਾਤ ਉਹਦੇ ਗਿਫਟ ਹੈਗੇ ਆ ਤਾਂ ਉਹਨੂੰ ਕਹਿੰਦੇ ਵੀ ਵਾਈ ਸ਼ੁਡ ਵੀ ਫੋਰਗੈਟ ਹਿਮ ਕਿਉਂ ਅਸੀਂ ਉਹਨੂੰ ਭੁੱਲਦੇ ਹਾਂ ਸੋ ਕਿਉਂ ਵਿਸਰੇ ਜਿੰਦਗੀ ਆ ਪਰ ਸਾਰਿਆਂ ਨਾਲੋਂ ਵੱਡੀ ਗੱਲ ਕੀ ਹੈਗੀ ਆ ਇੱਕ ਮਿੰਟ ਵੀ ਅਸੀਂ ਉਹਨੂੰ ਕਿਉਂ ਕਰੀ ਜੀਵਨ ਜੀਵਨ ਦਾ ਮਤਲਬ ਹੁੰਦਾ ਜ਼ਿੰਦਗੀ ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਹੈਗੀ ਆ ਤੇ ਅਸੀਂ ਉਹਨੂੰ ਕਿਉਂ ਫੋਰਗੈਟ ਕਰਦੇ ਹਾਂ ਵਾਈ ਸ਼ੁਡ ਵੀ ਫੋਰਗੈਟ ਹਿਮ ਹੂ ਹੈਜ਼ ਗਿਵਨ ਅਸ ਦ ਲਾਈਫ ਲਾਈਫ ਟੂ ਆਲ ਦ ਬੀਇੰਗ ਜੀ ਆ ਨਹੀਂ ਇਹਨੂੰ ਪੜ੍ਹਨਾ ਹੈਗਾ ਕਿਉਂਕਿ ਇਹ ਹੈਗਾ ਵੀ ਜੀ ਪਲੂਰਲ ਜੀਆਂ ਨੂੰ ਜੇ ਜੀ ਆ ਬਣ ਜਾਵੇ ਜੀਵਨ ਜੀਆਂ ਫਿਰ ਉਹ ਕਿਹਾ ਵੀ ਮੈਂ ਇਸ ਤਰ੍ਹਾਂ ਜੀਂਦਾ ਹਾਂ ਸੋ ਇਹਨੂੰ ਆ ਨਾ ਕਰ So there are rules how you actually decide whether to put the bindi or not on. The word kyon, a lot of times it means how, not why. So here you're saying it means why? Yeah. ਇਹਦੇ ਵਿੱਚ ਕਿਉਂ ਜਿਹੜਾ ਆਉਂਦਾ ਯੂ ਆਰ ਰਾਈਟ ਕਿਉਂ ਦਾ ਅਸਲੀ ਬਹੁਤ ਸਾਰੇ ਥਾਂ ਤੇ ਇਹ ਹੁੰਦਾ ਵੀ ਕਿੱਦਾਂ ਓਕੇ ਇਹਦੇ ਵਿੱਚ ਤੁਸੀਂ ਉਹਦੇ ਆਧਾਰ ਨਾਲ ਵੀ ਕਰਨਾ ਵੀ ਮੈਂ ਕਿੱਦਾਂ ਉਹਨੂੰ ਵਿਸਰਾਂ ਪਰ ਇਹਦੇ ਵਿੱਚ ਹੈਗਾ ਕਿਉਂ ਵਿਸਰੈ ਇਹਦੇ ਵਿੱਚ ਉਹ ਲੱਗਾ ਹੈਗਾ ਥਰਡ ਪਰਸਨ ਦੇ ਨਾਲ ਓਕੇ ਇਸ ਕਰਕੇ ਇਹਨੂੰ ਜਿਹੜਾ ਹੈਗਾ ਤੁਸੀਂ ਇੱਦਾਂ ਵੀ ਕਹਿ ਸਕਦੇ ਮੈਂ ਉਹਨੂੰ ਕਿੱਦਾਂ ਵਿਸਰਾਂ
जिन्हें आ कुछ किया मैं उन्होंने किता मिसरा जिन्हें आ कुछ किया है सो ये जरा है इट इम्प्लाइज वाई बट यू आर राइट यू नो क्यों लीजिए गर बंका पाए दो कोट आते वो खाए तो कि ये लै सकते हैं कि क्यों जनरली मीन यू नो कि सो क्यों विसरे जे अगर मैं रख है जे आप कर दिता जेड़ा अगर मैं रख है हूँ इतने आ गया इशारा जोड़ा मैं पिछे किया The one who saved you in the womb of the fire, जिहड़ी womb, जिहड़ी अंदर चार तरह की अग्नि होंगी हैगी तो वो एक जिहड़ी हैगी दस्या हैगा तो वो जिहड़ी अग दे विच भी जिहड़े तुहानू जींदा रख्या हैगा How can you forget him? How can you forget him? How can So that's what I'm asking, is it more, like you the, can say it. The sentiment is essentially the same, but it's a little bit different, saying, but then, how can you forget him versus why forget? Yeah. You lost the heck out of time, that's okay. But how can you forget it, that's okay. Je, why should you forget it, that's okay too. Okay? Meaning what we want to know. Guru Prasad ko virla lakhe. By the grace of Guru, only rare people realize this. Jo kush ethe kya aayega. ਪਹਿਲਾਂ ਸਾਰਿਆਂ ਨੂੰ ਹੁੰਦਾ ਵੀ ਤੁਸੀਂ ਰੀਅਲਾਈਜ਼ ਕਰਨਾ ਵੀ ਇਹਦੇ ਕੰਸੀਕੁਐਂਸ ਕੀ ਹੈਗੇ ਆ ਤਾਂ ਕੀ ਹੋਣਾ ਅਤੇ ਮੈਂ ਆਹ ਕਰੂੰਗਾ ਤਾਂ ਇਹਦਾ ਕੀ ਕੰਸੀਕੁਐਂਸ ਹੋਣਾ ਜਿੰਨੀ ਦੇਰ ਤੁਹਾਨੂੰ ਉਹ ਹੀ ਨਾ ਕੁਛ ਪਤਾ ਲੱਗੇ ਤਾਂ ਪੇਪਰ ਪਰ ਇਹਦੇ ਵਿੱਚ ਹੁਣ ਲਾਕੇ ਜਿਹੜਾ ਹੈਗਾ ਵੀ ਇਹਦੇ ਵਿੱਚ ਇਹੀ ਦੱਸਦਾ ਵੀ ਜੋ ਕੁਝ ਵੀ ਹੋਣਾ ਤਾਂ ਕਵਰ ਕੀਤਾ ਹੈਗਾ ਨਾ ਵੀ ਇਹ ਸਭ ਕੁਛ ਸਮਝ ਇਸ ਚੀਜ਼ ਨੂੰ ਰੀਅਲਾਈਜ਼ ਕਰਨ ਲਈ ਕੋਈ ਬਿਰਲਾ ਹੀ ਹੁੰਦਾ ਹੈਗਾ ਜਿਹੜਾ ਇੱਥੇ ਸੋ ਕਿਉਂ ਮਿੱਤਰੇ ਜੇ ਬਿਖ ਤੇ ਕਾਲੇ ਬਿਖ ਬਿਖ ਵਰਡ ਜਿਹੜਾ ਹੈਗਾ ਨਾ ਜਿੱਥੇ ਵੀ ਯੂਜ਼ ਕੀਤਾ ਬਿਖ ਦਾ ਮਤਲਬ ਹੁੰਦਾ ਵੀ ਵਿਸ ਮਤਲਬ ਜ਼ਹਿਰ ਇਹ ਮਾਇਆ ਨੂੰ ਰਿਫਰ ਕਰਦਾ ਹੁੰਦਾ ਜਿੱਥੇ ਵੀ ਆਉਂਦਾ ਹੈਗਾ ਮਾਇਆ ਨੂੰ ਜ਼ਹਿਰ ਕੀਤਾ ਇਹ ਮਿੱਠੀ ਜ਼ਹਿਰ ਆ ਵੀ ਜਿੱਦਾਂ ਕਹਿੰਦੇ ਆ ਕਿ ਗੰਦਲਾਂ ਦੇ ਉੱਤੇ ਸ਼ਕਲ ਲਾਈ ਹੋਵੇ ਨਾ ਇੱਕ ਆਪਣੇ ਫਰੀਜ ਦਾ ਸ਼ਬਦ ਵੀ ਆਉਂਦਾ ਹੈਗਾ ਇਹ ਉਸ ਹਿਸਾਬ ਨਾਲ ਸਾਨੂੰ ਲੱਗਦੀ ਤਾਂ ਮਿੱਠੀ ਹੈਗੀ ਲੱਗਦੀ ਤਾਂ ਬਹੁਤ ਚੰਗੀ ਹੈਗੀ ਆ ਪਰ ਹੈ ਇਹ ਜ਼ਹਿਰ ਇਹਨੇ ਸਾਡਾ ਨਾਸ ਕਰਨਾ ਹੈਗਾ ਜਿੰਨੀ ਦੇਰ ਅਸੀਂ ਇਹ ਤੋਂ ਨਹੀਂ ਬਚਦੇ ਹੈਗੇ ਤਾਂ ਵੀ ਕਹਿਣਾ ਡੈਕਲੀ ਗੋ ਦਾ ਆਦਰ ਵੇ ਜਿਹਨਾਂ ਕੀ ਸੋ ਬਿਖ ਤੇ ਕਾਲੀ ਜਿਹੜਾ ਇਸ ਬਿਖ ਤੋਂ ਸਾਨੂੰ ਸੇਵ ਕਰਦਾ ਹੈ ਬਚਾਉਂਦਾ ਹੈ ਕਦਮਾਂ ਨੂੰ ਸੇਵ ਫਿਰ ਹਾਂ ਕੈਨ ਯੂ ਫੋਰਗੈਟ ਓਕੇ ਅੱਗੇ ਜਨਮ ਜਨਮ ਕਾ ਟੁੱਟਾ ਕਾਂਡਿਆ ਆ ਗਿਆ ਕਿ ਨਹੀਂ ਉੱਥੇ ਹੁਣ ਕਿੰਨੇ ਸਾਲ ਹੋ ਗਏ ਸਾਨੂੰ ਉਹ ਤੋਂ ਵਿਛੜਿਆ ਨੂੰ ਵਾਹਿਗੁਰੂ ਤੋਂ ਸਾਨੂੰ ਇੰਨਾ ਤਾਂ ਪਤਾ ਹੈਗਾ ਵੀ ਜਦ ਹੀ ਆ ਸ੍ਰਿਸ਼ਟੀ ਬਣੀ ਹੋਈ ਹੈਗੀ ਆ ਉਦੋਂ ਕਿਤੇ ਪਹਿਲਾਂ ਦੇ ਅਸੀਂ ਉਹਨਾਂ ਵਿਛੜੇ ਹੋਏ ਹੈਗੇ ਜਦ ਉਹਨੇ ਡਿਸਾਈਡ ਕੀਤਾ ਹੈਗਾ ਵੀ ਹੁਣ ਮੈਂ ਆਹ ਬਣਾਉਣੀ ਹੈਗੀ ਆ ਉਹਨੇ ਕਰ ਦਿੱਤਾ ਜਿੱਦਾਂ ਬਿਗ ਬੈਂਗ ਹੋਈ ਆ ਆਤਮਾ ਸਾਰੀ ਚਲੇ ਗਈ ਮਿਲੀਅਨਸ ਆਫ ਈਅਰਸ ਬਿਲੀਅਨਸ ਆਫ ਈਅਰ ਸੋ ਵੀ ਡੋਨਟ ਨੋ ਕਿਉਂਕਿ ਉਹਨੇ ਜਦ ਕਰ ਕੀਤਾ ਹੈਗਾ ਉਦੋਂ ਉਹਨੇ ਆਪਣੇ ਆਪ ਤੋਂ ਸਾਰੀ ਆਤਮਾ ਜਿਹੜੀਆਂ ਸੀਗੀਆਂ ਆਹ ਖਲਾਰਾ ਜਿਹੜਾ ਸੀਗਾ ਪਸਾਰਾ ਅਸੀਂ ਪਿੱਛੇ ਪੜ੍ਹ ਰਹੇ ਹਾਂ ਨਾ ਉਹਨੇ ਉਦੋਂ ਜਦ ਕੀਤਾ ਹੈਗਾ ਅਤੇ ਉਦੋਂ ਦੇ ਅਸੀਂ ਉਹਨਾਂ ਵਿਛੜੇ ਹੈਗੇ ਤਾਂ ਹੀ ਫਿਰ ਇਹਦੇ ਵਿੱਚ ਆ ਗਿਆ ਜਨਮ ਜਨਮ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਹੁਣੇ ਹੀ ਉਹ ਤੋਂ ਵਿਛੜੇ ਹਾਂ ਤਾਂ ਹੁਣੇ ਹੀ ਉਹਨਾਂ ਮਿਲਦਾ ਹੈਗਾ ਓਕੇ ਤਾਂ ਹੀ ਆਪਣਾ ਰਵਿਦਾਸ ਜੀ ਕਹਿੰਦੇ ਹੈਗੇ ਨਾ ਇਹ ਜਨਮ ਤੁਹਾਰੇ ਲੇਖੇ ਅਤੇ ਮੈਂ ਬਹੁਤ ਜਨਮ ਜਿਹੜਾ ਸੀਗਾ ਇੱਦਾਂ ਫਿਰਦਾ ਆਇਆ ਹੈਗਾ ਕਬੀਰ ਜੀ ਵੀ ਇੱਕ ਤਾਂ ਤੇ ਕਹਿੰਦੇ ਨਾ ਕਈ ਵਾਰ ਮਾਂ ਪੇ ਕਈ ਕੁਛ ਬਣ ਕੇ ਆਇਆ ਪੁੱਤ ਧੀਆਂ ਬਣ ਕੇ ਆਇਆ ਹੈਗਾ ਵੀ ਆਹ ਜਿਹੜਾ ਹੈਗਾ ਇਹ ਹੁਣ ਮੈਂ ਜਿਹੜਾ ਹੈਗਾ ਤੇਰੇ ਲੇਖੇ ਲਾਉਣਾ ਹੈਗਾ ਸੋ ਆਹ ਜਿਹੜਾ ਜਨਮ ਹੈਗਾ ਟੂਟਾ ਗਾਂਢੇ ਵਿੱਚ ਤਿੱਤੋ ਜਿਹੜਾ ਉਹ ਤੋਂ ਟੁੱਟਾ ਆਇਆ ਮੁੜ ਕੇ ਉਹਨਾਂ ਜਿਹੜਾ ਜੋਰ ਦਿੰਦਾ ਹੈਗਾ ਉਹ ਕਹਿੰਦਾ ਵੀ ਉਹਨੂੰ ਕਿੱਦਾਂ ਤੁਸੀਂ ਵਿਸਾਰ ਸਕਦੇ ਆ ਦਾ ਵਨ ਹੂ ਯੂ ਲਾਈਟਸ ਯੂ ਵਿਦ ਹਿਮਸੈਲਫ ਦਾ ਵਨ unite us who are genetically separated from him for ages and ages for many many birth cycle okay gur puray tat eh bajaya tat kise cheez da vi tat kat lena jehdi hundi hai
ਹੈਗੀ ਐਸੈਂਸ ਕਿਸੇ ਚੀਜ਼ ਦਾ ਜਿਹੜਾ ਹੈਗਾ ਹੋਰ ਰਾਰੇ ਨੂੰ ਸਿਆਰੀ ਲੱਗੀ ਹੈਗੀ ਆ ਪੂਰੇ ਗੁਰੂ ਨੇ ਵਿੱਚ ਪ੍ਰੈਪੋਜੀਸ਼ਨ ਆ ਗਏ ਤੱਤ ਇਹ ਵਜਾਇਆ ਇਹ ਤੱਤ ਜਿਹੜਾ ਹੈਗਾ ਕਿਹਨੇ ਵਜਾਇਆ ਗਾ ਦਿਸ ਰਿਐਲਿਟੀ ਗੁਰੂ ਨੇ ਮੇਡ ਮੀ ਅੰਡਰਸਟੈਂਡ ਦਿਸ ਓਕੇ ਪ੍ਰਭ ਆਪਣਾ ਨਾਨਕ ਦਰ ਪਿਆਇਆ ਔਰ ਇਸੇ ਕਰਕੇ ਉਹ ਕਹਿੰਦੇ ਹੈਗੇ ਵੀ ਨਾਨਕ ਜਿਹੜੇ ਗੁਰਮੁਖਾਂ ਨੇ ਜਿਹੜਾ ਸੀਗਾ ਆਪਣੇ ਵਾਹਿਗੁਰੂ ਦੇ ਉੱਤੇ ਮੈਡੀਟੇਟਿਡ ਔਨ ਹਿਮ ਗੁਰਮੁਖ ਜਿਹੜੇ ਹੈਗੇ ਆ ਕਿਉਂਕਿ ਉਹਨਾਂ ਨੂੰ ਆ ਜਿਹੜਾ ਤੱਤ ਦੀ ਸਮਝ ਆ ਜਾਂਦੀ ਹੈਗੀ ਆ ਜਿਹਨੂੰ ਤੱਤ ਦੀ ਸਮਝ ਆ ਗਈ ਹੈਗੀ ਆ ਉਹ ਫਿਰ ਜਿਹੜਾ ਹੈਗਾ ਉਹਦੇ ਉੱਤੇ ਤੋ ਇਸੇ ਕਰਕੇ ਜਨ ਗੁਰਮੁਖਾਂ ਨੇ ਜਿਨ੍ਹਾਂ ਨੇ ਗੁਰੂ ਵੱਲ ਨੂੰ ਮੂੰਹ ਕਰਕੇ ਤਾਂ ਇਹ ਸੋਝੀ ਪਾ ਲਈ ਇਸ ਤਰੀਕ ਨੂੰ ਬੁੱਝ ਲਿਆ ਦੇ ਆਰ ਦ ਵਨ ਜਿਹਨੋਂ ਵੀ ਮੈਡੀਟੇਟ ਔਨ ਗਾਡ ਇਹ ਹੈਗੀਆਂ ਚਾਰ ਪਹੀਆਂ ਚਾਰ ਪਰਦੇ ਕੋਈ ਵੀ ਸਵਾਲ ਕਿਤੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ